ਜੀਅਤ ਜੀਵ ਕਾ ਬਨ ਹੈ ਸੋ ਲਖੁ ਨਰ ਕੀ ਸੁਨ ਕਰ ਪਠੈ ਕਮਾਹੇ ਪ੍ਰੀਤ ਪ੍ਰਭ ਚਰਨ ਕੀ ਜੀਅਤ ਜੀਵ ਕਾ ਬਨ ਹੈ ਸੋ ਲਖੁ ਨਰ ਕੀ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੁੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਧਰਮ ਰੱਖਿਅਕ ਮਹਾਨ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਤੇਗ ਬਹਾਦਰ ਸਿਮਰੀ ਹੈ ਘਰ ਨੌ ਨਿਦਾਵੈ ਧਾਏ ਸਭ ਥਾਈ ਹੋਏ ਸਹਾਏ ਐਸੇ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੀਸ ਅਸਥਾਨ ਅਤੇ ਦਸ਼ਮੇਸ਼ ਪਿਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਅਸਥਾਨ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਵਿਖੇ ਜੁਗੋ ਜੁਗਾ ਟਲ ਸਤਿਗੁਰੂ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਇੱਕ ਮਹੀਨੇ ਤੋਂ ਲੈ ਕੇ ਜੇਠ ਦੀ ਸੰਗਰਾਂਦ ਤੋਂ ਲੈ ਕੇ ਹਰ ਸਾਲ ਦੀ ਤਰ੍ਹਾਂ ਜਥੇ ਸੰਗਤ ਵੱਲੋਂ ਆਪ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਕੀਰਤਨ ਕਥਾ ਦੇ ਸਮਾਗਮ ਰੱਖੇ ਜਾਂਦੇ ਹਨ ਨਾਲ ਨਾਲ ਸਤਿਗੁਰਾਂ ਦੀ ਅਕਾਲੀ ਧੁਰਕੀ ਪਾਵਨ ਗੁਰਬਾਣੀ ਦੇ ਅਖੰਡ ਪਾਠਾਂ ਦੇ ਪ੍ਰਵਾਹ ਚੱਲਦੇ ਹਨ ਇਹਨਾਂ ਸਮਾਗਮਾਂ ਦੇ ਵਿੱਚ ਸੰਗਤਾਂ ਅੰਮ੍ਰਿਤ ਵੇਲੇ ਤੋਂ ਵੀ ਅਤੇ ਸ਼ਾਮ ਦੇ ਦੀਵਾਨ ਵਿੱਚ ਵੀ ਆ ਕਰਕੇ ਬੜੀ ਸ਼ਰਧਾ ਭਾਵਨਾ ਨਾਲ ਹਾਜ਼ਰੀਆਂ ਭਰਦੀਆਂ ਹਨ। ਆਪ ਜੀ ਨੇ ਬਹੁਤ ਵੱਡਾ ਲਾਭ ਪ੍ਰਾਪਤ ਕੀਤਾ ਹੈ ਇਸ ਅਸਥਾਨ ਤੇ ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਨ੍ਹਾਂ ਨੇ ਸਾਧ ਸੰਗਤ ਜੀ ਇਸ ਅਸਥਾਨ ਤੇ ਹਰ ਸਾਲ ਆ ਕੇ ਲਗਾਤਾਰ ਗੁਰਬਾਣੀ ਦਾ ਇਸ ਅਸਥਾਨ ਤੇ ਪ੍ਰਵਾਹ ਚਲਾਇਆ ਅਤੇ ਆਪ ਸੰਗਤਾਂ ਨੂੰ ਵਿਦਿਤ ਹੈ ਕਿ ਮਾਤਾ ਹਰਬੰਸ ਕੌਰ ਜੀ ਜਿੰਨਾ ਚਿਰ ਉਹਨਾਂ ਦਾ ਸਰੀਰ ਰਿਹਾ ਉਹ ਵੀ ਬੜੀ ਸ਼ਰਧਾ ਭਾਵਨਾ ਨਾਲ ਸੰਗਤਾਂ ਨੂੰ ਪ੍ਰੇਰਨਾ ਦੇ ਕੇ ਇਸ ਅਸਥਾਨ ਤੇ ਅਖੰਡ ਪਾਠਾਂ ਦੀ ਲੜੀ ਮਹਾਂਪੁਰਖਾਂ ਕੋਲੋਂ ਜਥੇ ਦੇ ਸਿੰਘਾਂ ਕੋਲੋਂ ਆਪ ਕਰਵਾਉਂਦੇ ਸਨ ਅਤੇ ਕੀਰਤਨ ਕਥਾ ਦੇ ਪ੍ਰਵਾਹ ਵੀ ਚਲਵਾਇਆ ਕਰਦੇ ਬੜੀ ਭਾਰੀ ਉਹਨਾਂ ਨੇ ਸੇਵਾ ਕੀਤੀ। ਉਸ ਤੋਂ ਉਪਰੰਤ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਠਖੰਡ ਵਾਸੀ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਵੀ ਇਸ ਅਸਥਾਨ ਤੇ
ਹਾਜ਼ਰੀਆਂ ਭਰਦੇ ਰਹੇ। ਉਸ ਤੋਂ ਉਪਰੰਤ ਦਮਦਮੀ ਟਕਸਾਲ ਦੇ 14ਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਉਹ ਮਹਾਂਪੁਰਖ ਆਪ ਆਪਣੇ ਮੁਖਾਰਬਿੰਦ ਤੋਂ ਵਚਨ ਸੁਣਾਇਆ ਕਰਦੇ ਸਨ ਕਿ ਜਦੋਂ ਵੱਡੇ ਮਹਾਂਪੁਰਖਾਂ ਨੇ ਸਾਨੂੰ ਜਥੇ ਵਿੱਚ ਲਿਆਉਣ ਵਾਸਤੇ ਸਾਡੇ ਪਿਤਾ ਜੀ ਨੂੰ ਆਗਿਆ ਦਿੱਤੀ, ਉਸ ਤੋਂ ਮਹੀਨਾ ਕੁ ਬਾਅਦ ਦਾਸ ਇਸ ਸਥਾਨ 'ਤੇ ਆਇਆ ਸੀ ਔਰ ਸ਼ਾਮ ਨੂੰ 4 ਵਜੇ ਮਹਾਂਪੁਰਖਾਂ ਨੇ ਮੇਰੀ ਸੰਥਿਆ ਗੁਰਬਾਣੀ ਦੀ ਆਪ ਇਸ ਸਥਾਨ 'ਤੇ ਪ੍ਰਾਰੰਭ ਕੀਤੀ ਸੀ ਔਰ ਪਹਿਲੇ ਦਿਨ 2 ਜਪਜੀ ਸਾਹਿਬ ਜੀ ਦੇ ਪਾਠ ਮਹਾਂਪੁਰਖਾਂ ਨੇ ਸੰਥਿਆ ਦੇ ਰੂਪ ਵਿੱਚ ਇਸ ਸਥਾਨ 'ਤੇ ਸੁਣੇ ਸਨ ਔਰ ਸੰਥਿਆ ਸ੍ਰੀ ਜਪਜੀ ਸਾਹਿਬ ਜੀ ਦੀ ਆਪ ਕਰਾਉਣਾ ਕੀਤੀ ਸੀ। ਸੋ ਸਾਧ ਸੰਗਤ ਜੀ, ਉਹ ਮਹਾਂਪੁਰਖਾਂ ਦੀ ਗੁਰਮਤਿ ਦੀ ਵਿੱਦਿਆ ਇਸੇ ਸਥਾਨ ਤੋਂ ਪ੍ਰਾਰੰਭ ਹੋਈ ਔਰ ਇਸ ਸਥਾਨ 'ਤੇ ਹਰ ਸਾਲ ਆਉਂਦੇ ਰਹੇ। ਉਹਨਾਂ ਮਹਾਂਪੁਰਖਾਂ ਤੋਂ ਉਪਰੰਤ ਦਮਦਮੀ ਟਕਸਾਲ ਦੇ 15ਵੇਂ ਮੁਖੀ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਆਪ ਜੀ ਵੀ ਜਥੇ ਦੇ ਸਿੰਘਾਂ ਨੂੰ ਨਾਲ ਲੈ ਕੇ ਕਥਾ ਕੀਰਤਨ ਦਾ ਪ੍ਰਵਾਹ ਚਲਾਇਆ ਕਰਦੇ ਸਨ ਔਰ ਸਰਦਾਰ ਬਾਬੂ ਸਿੰਘ ਜੀ ਵੀ, ਸਰਦਾਰ ਸ਼ੇਰ ਸਿੰਘ ਜੀ ਔਰ ਇਸੇ ਤਰ੍ਹਾਂ ਬਜ਼ੁਰਗ ਸਰਦਾਰ ਅਮਰੀਕ ਸਿੰਘ ਜੀ, ਸਰਦਾਰ ਤਰਲੋਚਨ ਸਿੰਘ ਜੀ, ਸਾਰੇ ਸਿੰਘ ਮਿਲ ਕੇ ਅੱਗੇ ਉਹਨਾਂ ਦੇ ਸਾਰੇ ਪਰਿਵਾਰ ਅੱਗੇ ਤੋਂ ਅੱਗੇ ਮਿਲ ਕੇ ਸੇਵਾ ਉਸੇ ਤਰ੍ਹਾਂ ਨਿਰੰਤਰ ਜਾਰੀ ਰੱਖ ਰਹੇ ਹਨ। ਸੋ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ, ਐਸਾ ਜੋ ਲਗਭਗ 90 ਸਾਲ ਤੋਂ ਉੱਤੇ ਹੋ ਚੁੱਕਾ ਹੈ, ਇਸ ਸਥਾਨ 'ਤੇ ਜਥੇ ਸੰਗਤ ਨੂੰ ਹਰ ਸਾਲ ਪੂਰਾ 1.5 ਮਹੀਨਾ ਆ ਕੇ ਕਥਾ ਕੀਰਤਨ ਦਾ ਪ੍ਰਵਾਹ ਚਲਾਉਂਦੇ ਹਾਂ। ਸ਼ਾਇਦ ਹੀ ਕੋਈ ਸਥਾਨ ਹੋਏਗਾ ਜਿੱਥੇ ਲਗਾਤਾਰ ਹਰ ਸਾਲ ਹੀ ਇਹ ਸਮਾਗਮ ਹੁੰਦੇ ਹੋਣ, ਪਰ ਇਸ ਸਥਾਨ 'ਤੇ ਹਰ ਸਾਲ ਹੀ ਇਹਨਾਂ ਸਮਾਗਮਾਂ ਦੀ ਲੜੀ ਚੱਲਦੀ ਹੈ। ਆਪ ਜੀ ਜਥੇ ਦੇ ਸਿੰਘਾਂ ਤੋਂ ਗੁਰਬਾਣੀ ਦਾ ਕੀਰਤਨ ਸੁਣਦੇ ਰਹੇ ਹੋ। ਗਿਆਨੀ ਗੁਰਪਿੰਦਰ ਸਿੰਘ ਜੀ ਹਰਜੋਵਾਲ, ਉਹਨਾਂ ਦੀ ਰਸਨਾ ਤੋਂ ਆਪ ਜੀ ਨੇ ਗੁਰਬਾਣੀ ਗੁਰ ਇਤਿਹਾਸ ਦੀ ਕਥਾ ਦਾ ਆਨੰਦ ਮਾਣਿਆ ਹੈ। ਆਓ ਗੁਰਸੰਗਤ ਜੀ, ਮਨ ਬਿਰਤੀ ਨੂੰ ਇਕਾਗਰ ਕਰੋ, ਸਤਿਗੁਰਾਂ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਚੱਲ ਰਹੀ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਪਾਪ ਆਦਿ ਬੀੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਿਆਰ ਕਰਨ ਵਾਸਤੇ ਹਜ਼ੂਰ ਨੇ ਆਪਣੇ ਪਾਵਨ ਹਿਰਦੇ ਵਿੱਚ ਸੰਕਲਪ ਕੀਤਾ ਹੈ ਸਾਡੇ ਭਲੇ ਵਾਸਤੇ। ਜੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਾ ਧੰਨ ਬਾਬਾ ਮੋਹਨ ਜੀ ਸਨ, ਉਹਨਾਂ ਕੋਲ ਜੋ ਗੁਰਬਾਣੀ ਦੀਆਂ ਪੋਥੀਆਂ, ਜਿਨ੍ਹਾਂ ਪੋਥੀਆਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ, ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ, ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਸਤਿਗੁਰਾਂ ਨੇ ਆਪਣੇ ਪੁੱਤਰੇ ਬਾਬਾ ਮੋਹਨ ਜੀ ਦੇ ਸਪੁੱਤਰ ਭਾਈ ਸੰਸ ਰਾਮ ਤੋਂ ਲਿਖਵਾਈ ਸੀ।
ਸਾਧ ਸੰਗਤ ਜੀ ਜਦੋਂ ਦਸਮ ਪਿਤਾ ਜੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਆਗਿਆ ਕੀਤੀ, ਬਾਬਾ ਦੀਪ ਸਿੰਘ ਜੀ ਨੂੰ ਆਗਿਆ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਸੇਵਾ ਕਰੋ। ਭਾਈ ਮਨੀ ਸਿੰਘ ਜੀ ਆਖਣ ਲੱਗੇ, ਸਾਹਿਬ ਜੀ ਮੇਰੀ ਬੜੀ ਛੋਟੀ ਉਮਰ ਹੈ, ਇਹ ਬਾਣੀ ਲਿਖਣ ਦਾ ਕਾਰਜ ਬਹੁਤ ਕਠਿਨ ਹੈ, ਮੈਂ ਇਹ ਸੇਵਾ ਨਿਭਾਉਣ ਤੋਂ ਅਸਮਰੱਥ ਹਾਂ। ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਗਿਆ ਕੀਤੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਗੁਰਬਾਣੀ ਲਿਖਣੀ ਸ਼ੁਰੂ ਕਰੋ, ਸੇਵਾ ਕਰੋ, ਅਗੰਮੀ ਕਲਮ ਆਪਣੇ ਆਪ ਹੀ ਚੱਲੇਗੀ। ਸਾਰੀ ਬਾਣੀ ਇੱਕੋ ਓਂਕਾਰ ਤੋਂ ਲੈ ਕੇ 18:10-20 ਤੱਕ ਕਲਗੀਧਰ ਪਾਤਸ਼ਾਹ ਜੀ ਨੇ ਕੰਠੋਂ ਉਚਾਰਨ ਕੀਤੀ ਔਰ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਆਪ ਸਾਰੀ ਗੁਰਬਾਣੀ ਲਿਖਦੇ ਰਹੇ ਔਰ ਨਾਲ ਬਾਬਾ ਦੀਪ ਸਿੰਘ ਜੀ ਉਸ ਸੇਵਾ ਵਿੱਚ ਹਾਜ਼ਰ ਰਹੇ। ਇਸੇ ਤਰ੍ਹਾਂ ਭਾਈ ਸੰਸਰਾਮ ਨੇ ਵੀ ਉਵੇਂ ਬਚਨ ਕੀਤੇ ਸਨ ਤੀਸਰੇ ਪਾਤਸ਼ਾਹ ਜੀ ਨੂੰ, ਸੱਚੇ ਪਾਤਸ਼ਾਹ ਮੇਰੀ ਬਾਲਕ ਉਮਰ 8-9 ਸਾਲ ਦੀ ਉਮਰ ਹੈ, ਮੈਂ ਬਾਣੀ ਲਿਖਣ ਤੋਂ ਅਸਮਰੱਥ ਹਾਂ, ਆਪ ਕਿਰਪਾ ਕਰੋ। ਤਾਂ ਗੋਇੰਦਵਾਲ ਸਾਹਿਬ ਧੰਨ ਗੁਰੂ ਅਮਰਦਾਸ ਜੀ ਨੇ ਆਗਿਆ ਕੀਤੀ, ਹੇ ਪੁੱਤਰੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਾਰ ਕੇ ਇਹ ਬਾਣੀ ਲਿਖਣੀ ਕਰੋ ਸਤਿਗੁਰਾਂ ਦੀ, ਆਪਣੇ ਆਪ ਹੀ ਸਤਿਗੁਰੂ ਦੀ ਕਿਰਪਾ ਨਾਲ ਤੁਹਾਡੀ ਕਲਮ ਅਗੰਮੀ ਚੱਲੇਗੀ। ਕੌਤਕ ਇੱਕੋ ਹੀ ਵਰਤਿਆ ਤੀਸਰੇ ਸਰੂਪ ਵਿੱਚ ਵੀ, ਦਸਵੇਂ ਸਰੂਪ ਵਿੱਚ ਵੀ। ਜੇ ਤੀਜੇ ਪਾਤਸ਼ਾਹ ਜੀ ਨੇ ਭਾਈ ਸੰਸ ਰਾਮ ਤੋਂ ਬਾਣੀ ਦੀਆਂ ਪੋਥੀਆਂ ਲਿਖਵਾਈਆਂ ਤਾਂ ਵੀ ਅਗੰਮੀ ਕਲਮ ਚੱਲੀ। ਜੇ ਸਾਧ ਸੰਗਤ ਜੀ ਦਸਮ ਸਰੂਪ ਵਿੱਚ ਸਤਿਗੁਰਾਂ ਨੇ ਭਾਈ ਮਨੀ ਸਿੰਘ ਜੀ ਤੋਂ ਗੁਰਬਾਣੀ ਦਾ ਸਰੂਪ ਲਿਖਾਇਆ ਤਾਂ ਵੀ ਅਗੰਮੀ ਕਲਮ ਚੱਲੀ ਹੈ। ਐਸੀ ਮਹਾਨ ਰਹਿਮਤ ਔਰ ਕਿਰਪਾ ਕੀਤੀ, ਇਹ ਪੋਥੀਆਂ ਬਾਣੀ ਦੀਆਂ ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਵਾਸਤੇ ਲਿਖਵਾਈਆਂ ਸਨ ਕਿ ਕੁਝ ਮਨਮਤੀਏ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਬਾਣੀ ਰਚ ਕੇ ਆਪਣੀ ਮਨਮਤ ਦੀ ਕਵਿਤਾ ਬਣਾ ਕੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਪਾ ਕੇ ਆਪਣੀਆਂ ਬਣਾਈਆਂ ਹੋਈਆਂ ਰਚਨਾਵਾਂ ਨੂੰ, ਕਵਿਤਾਵਾਂ ਨੂੰ ਗੁਰਬਾਣੀ ਦੇ ਬਰਾਬਰ ਕਰਨਾ ਚਾਹੁੰਦੇ ਸਨ, ਸੰਗਤਾਂ ਵਿੱਚ ਭੁਲੇਖਾ ਪੈਦਾ ਕਰਨਾ ਚਾਹੁੰਦੇ ਸਨ। ਤਾਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਭਵਿੱਖਤ ਸਮਾਂ ਵੇਖ ਕੇ ਕਿ ਆਉਣ ਵਾਲੇ ਸਮੇਂ ਵਿੱਚ ਐਸੇ ਲੋਕ ਬਹੁਤ ਪੈਦਾ ਹੋ ਜਾਣਗੇ ਜਦੋਂ ਗੁਰਬਾਣੀ ਨੂੰ ਲੋਕਾਂ ਦੀਆਂ ਰਚਨਾਵਾਂ ਤੋਂ ਅਲੱਗ ਕਰਕੇ ਰੱਖਣ ਦਾ ਬੜਾ ਕਠਿਨ ਕਾਰਜ ਹੋਵੇਗਾ। ਇਸ ਲਈ ਸਤਿਗੁਰੂ ਜੀ ਨੇ ਆਨੰਦ ਸਾਹਿਬ ਦੇ ਵਿੱਚ ਇਹ ਪੰਕਤੀਆਂ ਵੀ ਉਚਾਰੀਆਂ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਾਜੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਤਮ ਬਾਣੀ। ਸਿੱਖਾਂ ਨੂੰ ਧੁਰਕੀ ਗੁਰਬਾਣੀ ਨਾਲ ਜੁੜਨ ਵਾਸਤੇ ਜੋ ਲੋਕ ਕੱਚ ਪਿੱਟ ਲਿਖ ਕੇ ਆਪਣੇ ਵੱਲੋਂ ਕਵਿਤਾਵਾਂ ਬਣਾਉਂਦੇ ਸਨ, ਉਹਨਾਂ ਲਈ ਸਤਿਗੁਰਾਂ ਨੇ ਸੰਗਤਾਂ ਨੂੰ ਸੁਚੇਤ ਕੀਤਾ। ਫਿਰ ਨਿਰਣਾ ਕੀਤਾ ਕਿ ਆਪ ਹੀ ਆਪਣੀ ਹਜ਼ੂਰੀ ਵਿੱਚ ਇਹ ਸਾਰੀ ਬਾਣੀ ਲਿਖਵਾਈਏ। ਤਾਂ ਸਤਿਗੁਰੂ ਜੀ ਨੇ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਔਰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਅਤੇ ਆਪਣੀ ਬਾਣੀ ਭਾਈ ਉਹਨਾਂ ਪੋਥੀਆਂ ਵਿੱਚ ਗੋਇੰਦਵਾਲ ਸਾਹਿਬ ਲਿਖਵਾਈ।
ਉਹ ਪੋਥੀਆਂ ਫਿਰ ਸਤਿਗੁਰੂ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਦੇ ਸਪੁਰਦ ਕੀਤੀਆਂ। ਕਹਿਣ ਲੱਗੇ, ਪੰਜਵੇਂ ਸਰੂਪ ਵਿੱਚ ਤੁਹਾਡੇ ਕੋਲ ਇਹ ਪੋਥੀਆਂ ਲੈਣ ਆਵਾਂਗੇ। ਸਾਡੀ ਇਹ ਅਮਾਨਤ ਉਹਨਾਂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਦੇਣੀ, ਤਾਂ ਇਹ ਸਾਰਾ ਕੌਤਕ ਵਰਤਿਆ ਹੈ। ਭਾਈ ਗੁਰਦਾਸ ਜੀ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਿ ਮਹਾਰਾਜ ਮੈਂ ਲੈ ਆਉਂਦਾ, ਇਸ ਕਰਕੇ ਮੈਨੂੰ ਆਗਿਆ ਦਿਓ। ਤਾਂ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਵੀ ਨਹੀਂ ਪੋਥੀਆਂ ਪ੍ਰਾਪਤ ਕਰ ਸਕੇ। ਫਿਰ ਬਾਬਾ ਬੁੱਢਾ ਜੀ ਆਖਣ ਲੱਗੇ, ਮੈਂ ਲੈ ਕੇ ਆਉਂਦਾ ਹਾਂ, ਪਰ ਬਾਬਾ ਮੋਹਨ ਜੀ ਦੀ ਸਮਾਧੀ ਨੂੰ ਖੋਲ੍ਹਣ ਤੋਂ ਅਸਮਰੱਥ ਰਹੇ। ਹੁਣ ਫਿਰ ਅੱਗੇ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਉਹ ਪੋਥੀਆਂ ਨੂੰ ਲਿਆਉਣ ਵਾਸਤੇ, ਮਹਾਨ ਸਾਡੇ 'ਤੇ ਪਰਉਪਕਾਰ ਕਰਨ ਵਾਸਤੇ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ। ਆਪ ਬੜੀ ਰਸਦਾਇਕ ਕਥਾ ਹੈ, ਸੁਣਦੇ ਆ ਰਹੇ ਹੋ। ਅੱਗੇ ਸਾਧ ਸੰਗਤ ਜੀ ਆਪ ਅਗਲਾ ਪ੍ਰਸੰਗ ਸਰਵਣ ਕਰੋ, ਮਨ ਬਿਰਤੀ ਨੂੰ ਇਕਾਗਰ ਕਰਕੇ ਕੱਢ ਕੇ ਆਖੋ, ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੀਅਤ ਜੀਵ ਕਾ ਪਨਹਿ ਸੋ ਲਖੋ ਨਰਨ ਕੀ। ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ, ਇਹ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਸੀਂ ਆਦਿ ਬੀੜ ਤਿਆਰ ਕਰਦੇ ਹਾਂ, ਤਾਂ ਜਿੰਨੇ ਵੀ ਲੋਕ ਬਹੁਤ ਗਿਣਤੀ ਵਾਲੇ ਹੋਣਗੇ ਉਹਨਾਂ ਦੇ ਜੀਵਨ ਦੀ ਬੜੀ ਵੱਡੀ ਉਪਜੀਵਿਕਾ ਦਾ ਸਾਧਨ ਵੀ ਹੋਏਗਾ ਕਿ ਗੁਰਬਾਣੀ ਪੜ੍ਹਿਆ ਕਰਨਗੇ, ਕੋਈ ਸਹਿਜ ਪਾਠ ਕਰਿਆ ਕਰੇਗਾ, ਕੋਈ ਅਖੰਡ ਪਾਠ ਕਰਿਆ ਕਰੇਗਾ, ਕੋਈ ਕੀਰਤਨ ਕਰਿਆ ਕਰੇਗਾ, ਕੋਈ ਕਥਾ ਕਰਿਆ ਕਰੇਗਾ। ਇਸ ਲਈ ਉਹਨਾਂ ਜਿਨ੍ਹਾਂ ਦੀ ਉਪਜੀਵਿਕਾ ਨਹੀਂ ਚੱਲਦੀ ਉਹਨਾਂ ਦਾ ਉਪਜੀਵਿਕਾ ਦਾ ਵੀ ਸਾਧਨ ਉਹਨਾਂ ਲਈ ਵੀ ਪਰਉਪਕਾਰ ਹੋਏਗਾ, ਉਹਨਾਂ ਦਾ ਵੀ ਭਲਾ ਹੋਏਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੁਆਰਾ ਉਹਨਾਂ ਦੇ ਵੀ ਕਾਰਜ ਰਾਸ ਹੋਣਗੇ। ਸੁਣ ਕਰ ਪਠੈ ਕਮਾਹਿ ਪ੍ਰੀਤ ਪ੍ਰਭ ਚਰਨ ਕੀ। ਲੱਖਾਂ ਹੀ ਜੀਵਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਦੇ ਨਾਲ ਉਹਨਾਂ ਦੀ ਉਪਜੀਵਿਕਾ ਚੱਲੇਗੀ। ਔਰ ਜਿਹੜੇ ਗੁਰਬਾਣੀ ਨੂੰ ਪੜ੍ਹ ਕੇ ਕਮਾਉਣਗੇ, ਜੀਵਨ ਵਿੱਚ ਕਮਾਈ ਕਰਨਗੇ, ਨਿਸ਼ਕਾਮਤਾ ਦੇ ਨਾਲ ਗੁਰਬਾਣੀ ਦੀ ਘਾਲਣਾ, ਗੁਰਬਾਣੀ ਦੀ ਕਮਾਈ ਕਰਨਗੇ, ਕੋਈ ਪਾਠ ਕਰੇਗਾ, ਕੋਈ ਸਹਿਜ ਪਾਠ ਕਰੇਗਾ, ਕੋਈ ਕੀਰਤਨ ਕਥਾ ਕਰੇਗਾ, ਕੋਈ ਗੁਰਬਾਣੀ ਦਾ ਅਭਿਆਸ ਕਰੇਗਾ, ਜਿਹੜੇ ਨਿਸ਼ਕਾਮੀ ਹੋਣਗੇ ਨਾ, ਉਹਨਾਂ ਦੇ ਮਨ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤੀ ਪੈਦਾ ਹੋਏਗੀ। ਅੰਤ ਮੁਕਤ ਕੋ ਲੈ ਸੋ ਸੰਸੈ ਹੋਏ ਹੈ। ਨਾ ਸੰਸੈ ਹੋਏ ਹੈ, ਅੰਤ ਨੂੰ ਉਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੋਏਗੀ। ਗੁਰਬਾਣੀ ਦਾ ਐਡਾ ਵੱਡਾ ਫਲ ਹੈ ਸਾਧ ਸੰਗਤ ਜੀ, ਜਿਹੜਾ ਸਿੱਖ ਨਿਸ਼ਕਾਮਤਾ ਨਾਲ ਬਾਣੀ ਪੜ੍ਹੇਗਾ ਨਾ, ਅੰਤ ਨੂੰ ਮਹਾਰਾਜ ਕਹਿੰਦੇ ਉਹਨੂੰ ਮੁਕਤੀ ਦਾ ਦਾਨ ਪ੍ਰਾਪਤ ਹੋਏਗਾ। ਇਸ ਗੱਲ ਵਿੱਚ ਕੋਈ ਵੀ ਰੱਤੀ ਭਰ ਸੰਸਾ ਨਹੀਂ ਹੈ, ਕੋਈ ਸ਼ੰਕਾ ਦੀ ਗੁੰਜਾਇਸ਼ ਨਹੀਂ ਹੈ। ਰਾਵ ਰੰਗ ਉੱਚ ਨੀਚ ਜਪਾਵੇ ਕੋਈ ਹੈ। ਇਸ ਗੁਰਬਾਣੀ ਨੂੰ ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਰੰਗ ਕੰਗਾਲ ਹੈ, ਭਾਵੇਂ ਕੋਈ ਉੱਚਾ ਹੈ, ਭਾਵੇਂ ਕੋਈ ਨੀਵਾਂ ਹੈ,
ਜਿਹੜਾ ਗੁਰਬਾਣੀ ਆਪ ਜਪੇਗਾ ਤੇ ਦੂਜਿਆਂ ਨੂੰ ਜਪਾਵੇਗਾ ਨਾ, ਉਹਨਾਂ ਸਾਰਿਆਂ ਦਾ ਹੀ ਉਧਾਰ ਹੋਏਗਾ। ਇਹਨ ਵਿਚਾਰ ਕਰ ਗੁਰ ਸਾ ਬਾਤ ਬਖਾਨਿਓ, ਵਿਚਾਰ ਕਰਕੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਤਰ੍ਹਾਂ ਵਿਚਾਰ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਬਚਨ ਸਾਰੀਆਂ ਸੰਗਤਾਂ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਕੀਤੇ ਹਨ ਤਿਆਰੀ ਕਰਨ ਵੇਲੇ। ਤਿਆਰੀ ਹਮਰੀ ਕਰੋ ਪ੍ਰਾਤ ਪ੍ਰਸਥਾਨਿਓ, ਇਹ ਸਤਿਗੁਰੂ ਜੀ ਜਦੋਂ ਬਾਬਾ ਬੁੱਢਾ ਜੀ ਵਾਪਸ ਆ ਗਏ ਨਾ, ਪੋਥੀਆਂ ਲਿਆ ਨਾ ਸਕੇ, ਉਦੋਂ ਇਹ ਬਚਨ ਕੀਤੇ ਕਿ ਭਾਈ ਹੁਣ ਅਸੀਂ ਜਾਵਾਂਗੇ, ਸਾਰੇ ਤਿਆਰੀ ਕਰੋ ਪੋਥੀਆਂ ਨੂੰ ਲਿਆਉਣ ਵਾਸਤੇ। ਦਿਨ ਚੜ੍ਹਨ ਤੋਂ ਪਹਿਲਾਂ ਹੀ ਅੰਮ੍ਰਿਤ ਵੇਲੇ ਅਸੀਂ ਪਿਆਨਾ ਕਰਾਂਗੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ। ਚੰਦ ਲਈ ਸਭ ਹੁਣ ਸੁਣ ਸਭ ਤਾਇਕ, ਸਾਰੇ ਨੇ ਜਾਣ ਲਿਆ ਕਿ ਹੁਣ ਪੋਥੀਆਂ ਗੁਰੂ ਅਰਜਨ ਦੇਵ ਜੀ ਆਪ ਲੈ ਕੇ ਆਉਣਗੇ। ਇਸ ਤਰ੍ਹਾਂ ਉਹ ਰਾਤ ਸਾਰਿਆਂ ਨੇ ਸਤਿਗੁਰਾਂ ਦੀ ਆਗਿਆ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਤੀਤ ਕੀਤੀ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਸਤਿਗੁਰਾਂ ਨੇ ਅੰਮ੍ਰਿਤ ਸਰੋਵਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕੀਤਾ। ਸਤਿਗੁਰ ਆਤਮ ਮਨਾਏ ਅਰੂਢੈ ਪਾਲਕੀ, ਦੇਖੋ ਮਰਜ਼ਾਦਾ ਦੇ ਕਿੰਨੇ ਪ੍ਰਪੱਕ ਧਾਰਨੀ ਹਨ ਸਤਿਗੁਰੂ ਜੀ। ਸੰਗਤ ਜੀ ਆਪ ਸਰੋਵਰ ਵਿੱਚ ਇਸ਼ਨਾਨ ਕੀਤਾ ਜਾ ਕੇ, ਫਿਰ ਸਰੋਵਰ ਵਿੱਚ ਇਸ਼ਨਾਨ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਾਰੇ ਸਤਿਗੁਰਾਂ ਦੇ ਅੱਗੇ ਹਰਿਮੰਦਰ ਸਾਹਿਬ ਦੇ ਅੰਦਰ ਜਾ ਕੇ ਅਰਦਾਸ ਕੀਤੀ। ਮਨਾਉਣਾ ਕਿ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਚੌਥੇ ਪਾਤਸ਼ਾਹ ਜੀ ਤੱਕ ਸਾਰੇ ਗੁਰੂ ਸਾਹਿਬਾਨਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਕੜਾ ਪ੍ਰਸ਼ਾਦ ਦੀ ਦੇਗ ਕਰਾਈ, ਔਰ ਪੋਥੀਆਂ ਲਿਜਾਣ ਵਾਸਤੇ ਸਤਿਗੁਰੂ ਜੀ ਨੇ ਤਿਆਰਾ ਕੀਤਾ, ਔਰ ਪਾਲਕੀ ਵਿੱਚ ਸਵਾਰ ਹੋਏ। ਜਿਨ ਕੀ ਕਿਰਪਾ ਸੋ ਦ੍ਰਿਸ਼ਟ ਪੀਰ ਨਹਿ ਕਾਲ ਕੀ, ਉਹ ਸਤਿਗੁਰੂ ਜੀ ਜਿਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਨਾਲ, ਜਿਸ ਉੱਤੇ ਕਿਰਪਾ ਦੀ ਦ੍ਰਿਸ਼ਟੀ ਪੈ ਜਾਏ ਨਾ ਭਾਈ, ਧੰਨ ਗੁਰੂ ਅਰਜਨ ਦੇਵ ਜੀ ਦੀ ਅੰਮ੍ਰਿਤ ਰੂਪ ਦ੍ਰਿਸ਼ਟੀ, ਉਹਨੂੰ ਕਦੇ ਜਮਾਂ ਦੀ ਪੀੜਾ ਨਹੀਂ ਉਹਦੇ ਨੇੜੇ ਆ ਸਕਦੀ। ਗੱਜ ਕੇ ਆਖੋ ਭਾਈ ਵਾਹਿਗੁਰੂ। ਇਸ ਕਰਕੇ ਐਸੀ ਮਹਾਨ ਸ਼ਕਤੀਮਾਨ ਸਤਿਗੁਰਾਂ ਦੀ ਅੰਮ੍ਰਿਤ ਦ੍ਰਿਸ਼ਟੀ ਹੈ। ਸਿੱਖ ਸੰਗ ਸਮਦਾਏ ਦਾਸ ਸੋਭਤ ਚੱਲੇ, ਬਹੁਤ ਸਿੱਖ ਸੰਗਤਾਂ ਵੀ ਨਾਲ ਹਨ, ਸੇਵਕ ਵੀ ਨਾਲ ਹਨ, ਬੜੀ ਸ਼ੋਭਾ ਬਣੀ ਹੋਈ ਹੈ। ਨਿਰਾਲੀ ਸਾਜ ਧਜ ਹੈ ਸਤਿਗੁਰਾਂ ਦੇ ਜਾਣ ਦੀ। ਮਨੋ ਚੰਦਰਮਾ ਸਾਥ ਤਾਰਕਾ ਗਨ ਭਲੇ, ਬੜਾ ਸੋਹਣਾ ਪ੍ਰਮਾਣ ਦਿੱਤਾ ਕਿ ਮਾਨੋ ਜਿਵੇਂ ਚੰਦਰਮਾ ਦੇ ਆਲੇ ਦੁਆਲੇ ਤਾਰੇ ਤੁਰੇ ਜਾਂਦੇ ਹੈ, ਜਾਂ ਆਲੇ ਦੁਆਲੇ ਤਾਰਿਆਂ ਦਾ ਸਮੂਹ ਮੰਡਲ ਹੁੰਦਾ, ਇਵੇਂ ਚੰਦਰਮਾ ਦੀ ਨਿਆਈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਾਲਕੀ ਵਿੱਚ ਸਜੇ ਹੋਏ ਹੈ, ਔਰ ਤਾਰਿਆਂ ਦੀ ਤਰ੍ਹਾਂ ਸਿੱਖ ਸੰਗਤਾਂ ਨਾਲ ਤੁਰੀਆਂ ਜਾ ਰਹੀਆਂ ਹਨ। ਸਨੇ ਸਨੇ ਚੱਲ ਆਏ ਸੁਗੋਇੰਦ ਵਾਲਕੋ, ਸਹਿਜੇ ਸਹਿਜੇ ਚੱਲਦੇ ਸਤਿਗੁਰੂ ਜੀ ਜਿੱਥੇ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਵਸਾਈ ਨਗਰੀ ਗੋਇੰਦਵਾਲ ਸਾਹਿਬ ਹੈ, ਉੱਥੇ ਸੱਚੇ ਪਾਤਸ਼ਾਹ ਜੀ ਪਹੁੰਚ ਗਏ ਹੈ। ਜਹਾਂ ਬਿਪਾਸਾ ਨਦੀ ਪ੍ਰਵਾਹ ਵਿਸਾਲ ਕੋ, ਜਿੱਥੇ ਬਿਆਸ ਨਦੀ ਦਾ ਬੜਾ ਭਾਰੀ ਪਾਣੀ ਦਾ ਪ੍ਰਵਾਹ ਲੱਗਦਾ ਹੈ। ਬਾਪੀ
ਵਚਨ ਕੀਨ ਧਿਆਨ ਸਤਿਗੁਰ ਧਰੇ। ਸਤਿਗੁਰੂ ਜੀ ਨੇ ਆਉਂਦੇ ਆ ਸਾਧ ਸੰਗਤ ਦੀ ਬੌਲੀ ਸਾਹਿਬ ਦੇ ਵਿੱਚ ਜਾ ਕੇ ਇਸ਼ਨਾਨ ਕੀਤਾ। ਗੋਬਿੰਦਵਾਲ ਸਾਹਿਬ ਆ ਕੇ ਸਭ ਤੋਂ ਪਹਿਲਾਂ ਗੁਰਤੀਰਥ ਰਚਿਆ ਬੌਲੀ ਸਾਹਿਬ ਇਸ਼ਨਾਨ ਕਰਨ ਵਾਸਤੇ। ਫਿਰ ਚੌਥੇ ਪਾਤਸ਼ਾਹ ਜੀ ਨੇ ਅੰਮ੍ਰਿਤ ਸਰੋਵਰ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਸੇਵਾ ਕਰਵਾਈ। ਇਉਂ ਗੋਬਿੰਦਵਾਲ ਸਾਹਿਬ ਜਾ ਕੇ ਬਾਪੀ ਬੌਲੀ ਸਾਹਿਬ ਵਿੱਚ ਇਸ਼ਨਾਨ ਕੀਤਾ ਔਰ ਸਤਿਗੁਰਾਂ ਦਾ ਧਿਆਨ ਧਾਰਿਆ ਹੈ। ਆਤੋ ਸੰਤ ਜੀ ਵਾਹਿਗੁਰੂ। ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਕੇ ਅਰਦਾਸ ਵਿੱਚ ਧਿਆਨ ਵਿੱਚ ਜੁੜ ਗਏ ਨਾ, ਤਾਂ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਾਹਮਣੇ ਦਰਸ਼ਨ ਹੋਏ। ਉਸ ਸਮੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਪ੍ਰਤੱਖ ਦਰਸ਼ਨ ਹੋਏ ਗੋਬਿੰਦਵਾਲ ਸਾਹਿਬ ਸਾਹਮਣੇ। ਸ੍ਰੀ ਅਰਜਨ ਅਵਲੋਕ ਚਰਨ ਅਰਬਿੰਦ ਕੋ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਤੀਸਰੇ ਪਾਤਸ਼ਾਹ ਜੀ ਦੇ ਚਰਨਾਂ ਵੱਲ ਤੱਕਿਆ ਬੜੀ ਸ਼ਰਧਾ ਭਾਵਨਾ ਦੇ ਨਾਲ। ਬੰਧਨ ਠਾਨ ਸੁਪ੍ਰੇਮ ਆਨੰਦ ਬਿਲੰਦ ਕੋ। ਸਤਿਗੁਰੂ ਗੁਰੂ ਅਮਰਦਾਸ ਜੀ ਦੇ ਜਦੋਂ ਪ੍ਰਤੱਖ ਦਰਸ਼ਨ ਹੋਏ ਨਾ, ਤਾਂ ਚਰਨਾਂ ਤੇ ਨਮਸਕਾਰ ਕੀਤੀ, ਹਿਰਦਾ ਆਨੰਦ ਨਾਲ ਬਹੁਤ ਜ਼ਿਆਦਾ ਭਰ ਗਿਆ। ਬਾਣੀ ਗਦਗਦ ਹੋ ਗਈ, ਸਾਧ ਸੰਗਤ ਜੀ ਕੰਠ ਭਰ ਗਿਆ, ਰੁਕ ਗਿਆ, ਕੋਈ ਵਚਨ ਨਹੀਂ ਨਿਕਲਦਾ ਔਰ ਨੇਤਰਾਂ ਦੇ ਵਿੱਚ ਜਲ ਆ ਗਿਆ। ਸਤਿਗੁਰਾਂ ਦੇ ਦਰਸ਼ਨਾਂ ਦੇ ਕਰਦਿਆਂ ਸਾਰੀ ਨੇਤਰਾਂ ਦੇ ਵਿੱਚੋਂ ਵਾਹਦਾ ਔਰ ਸਾਧ ਸੰਗਤ ਜੀ ਸਤਿਗੁਰਾਂ ਦੇ ਦਰਸ਼ਨ ਕਰਨ ਦਾ ਇੱਕ ਐਸਾ ਰਸ ਮਨ ਨੂੰ ਹਿਰਦਾ ਭਰ ਗਿਆ, ਉਹ ਨੇਤਰਾਂ ਥਣੀ ਵਹਿ ਤੁਰਿਆ, ਐਸਾ ਆਨੰਦ ਤੇ ਨੇਤਰਾਂ ਵਿੱਚੋਂ ਜਲ ਵਗ ਤੁਰਿਆ ਹੈ ਪ੍ਰੇਮ ਦਾ। ਹੋ ਬਿਨਤੀ ਬਹੁਰ ਬਖਾਨ ਨਮਰ ਜੁਤ ਹੋਏ ਖਰੇ। ਫਿਰ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਨੀਵਾ ਸੀਸ ਕਰਕੇ ਗਲ ਵਿੱਚ ਪੱਲਾ ਪਾ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬੇਨਤੀ ਅਰਦਾਸ ਕੀਤੀ। ਸਿਰ ਪਰ ਧਰ ਕਰ ਹਾਥ ਹਰਖ ਗੁਰ ਧਾਰ ਕਰ। ਹੇ ਮਹਾਰਾਜ, ਮੇਰੇ ਸਿਰ ਉੱਤੇ ਕਿਰਪਾ ਕਰੋ, ਆਪਣੇ ਹਿਰਦੇ ਵਿੱਚੋਂ ਪ੍ਰਸੰਨਤਾ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖ ਕੇ ਮੇਰੇ ਉੱਤੇ ਮਿਹਰ ਦੀ ਕਿਰਪਾ ਕਰੋ ਹੇ ਗੁਰੂ ਅਮਰਦਾਸ ਜੀ। ਸ੍ਰੀ ਅਰਜਨ ਸੋ ਭੰਨਿਓ ਕਾਜ ਲਿਓ ਸਾਰ ਕਰ। ਉਸ ਵਕਤ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਬਚਨ ਕੀਤੇ, ਸਿਰ ਉੱਤੇ ਹੱਥ ਰੱਖ ਕੇ ਕਹਿਣ ਲੱਗੇ। ਧੰਨ ਗੁਰੂ ਅਰਜਨ ਦੇਵ ਜੀ ਨੂੰ ਕੀ ਕਿਹਾ, ਕਹਿੰਦੇ ਇਹ ਕਾਰਜ, ਜਿਸ ਕਾਰਜ ਤੁਸੀਂ ਆਏ ਹੋ ਨਾ ਪੋਥੀਆਂ ਲੈਣ ਵਾਸਤੇ, ਇਹ ਤੁਹਾਡਾ ਕਾਰਜ ਹੁਣ ਰਾਸ ਹੋਵੇਗਾ, ਇਹ ਵਰਦਾਨ ਦਿੱਤਾ ਸਤਿਗੁਰਾਂ ਨੇ। ਤੇ ਜਿਹੜਾ ਮਨੋਰਥ ਤੁਸੀਂ ਲੈ ਕੇ ਆਏ ਹੋ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਦ ਬੀੜ ਦੇ ਵਿੱਚ ਲਿਖਵਾ ਕੇ ਤਿਆਰ ਕਰਾ ਕੇ ਅੱਗੇ ਸਿੱਖ ਸੰਗਤਾਂ ਦੇ ਵਿੱਚੋਂ ਗੁਰਬਾਣੀ ਨੂੰ ਜਾਰੀ ਕਰਨਾ, ਆਦ ਬੀੜ ਦੀ ਸਾਰੇ ਸਰੂਪ ਦੀ ਤਿਆਰੀ ਦਾ ਕਾਰਜ ਵੀ ਤੁਹਾਡਾ ਹੁਣ ਪੂਰਾ ਹੋਏਗਾ। ਕੀਰਤ ਮੋਹਨ ਕਰੋ ਪੋਥੀਆਂ ਲੀਜੀਏ। ਜਾਓ ਸਾਡੇ ਸਾਹਿਬਜ਼ਾਦੇ ਭਾਈ ਮੋਹਨ ਅੱਗੇ ਜਾ ਕੇ ਉਹਦੀ ਮਹਿਮਾ ਉਹਦੇ ਸਤਿਕਾਰ ਦੇ ਬਚਨ ਕਰਕੇ ਨਾ ਉੱਥੋਂ ਪੋਥੀਆਂ ਸਾਡੀ ਅਮਾਨਤ ਲੈ ਲੈਣਾ ਕਰੋ, ਉਹ ਤੁਹਾਨੂੰ ਜ਼ਰੂਰ ਦੇ ਦੇਣਗੇ, ਤੁਹਾਡਾ ਮਨੋਰਥ ਪੂਰਾ ਹੋਏਗਾ। ਇਹ ਵਰ ਦਿੱਤਾ ਧੰਨ ਗੁਰੂ ਅਮਰਦਾਸ ਜੀ ਪ੍ਰਤੱਖ ਦਰਸ਼ਨ ਦੇ ਕਰਕੇ। ਉਸ
ਸ੍ਰੇਸ਼ਟ ਉੱਤਮ ਅਹ ਬੀੜ ਸਭ ਕੀਜੀਏ। ਸ੍ਰੇਸ਼ਟ ਉੱਤਮ ਤੋਂ ਉੱਤਮ ਸਭ ਤੋਂ ਮਹਾਨ ਉੱਦਮ ਹੈ ਜਿਹੜੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਨ ਲੱਗੇ ਹੋ। ਰਹੋ ਨਮਰਤਾ ਸੰਗ ਜੇ ਮੋਹਨ ਕੁਛ ਕਹੇ। ਅੱਗੋਂ ਵਚਨ ਕੀਤਾ ਜੇ ਮੋਹਨ ਸਾਡਾ ਸਾਹਿਬ ਜਾਦਾ ਕੁਛ ਕਵੇ ਵੀ ਨਾ ਤੁਹਾਨੂੰ ਤਾਂ ਤੁਸੀਂ ਨਿਮਰਤਾ ਦੇ ਨਾਲ ਹੀ ਰਹਿਣਾ, ਅੱਗੋਂ ਕੋਈ ਵਚਨ ਨਹੀਂ ਬੋਲਣਾ, ਉਹਨਾਂ ਦੇ ਕਹੇ ਕਠੋਰ ਵਚਨ ਸਹਾਰ ਲਿਓ। ਤੁਸੀਂ ਨਿਮਰਤਾ ਰੱਖਣੀ ਹੈ, ਸਾਡਾ ਵਚਨ ਹੈ। ਸਹਿਕਰ ਪਾਕ ਕਠੋਰ ਲਿਓ ਜੋ ਚਿੱਤ ਚਾਹੇ। ਕਠੋਰ ਕੌੜੇ ਕਹੇ ਹੋਏ ਕਰੜੇ ਵਚਨ ਵੀ ਆਪਣੇ ਹਿਰਦੇ ਵਿੱਚ ਸਹਾਰ ਲਿਓ, ਨਿਮਰਤਾ ਰੱਖਿਓ। ਇਸ ਕਰਕੇ ਜੋ ਤੁਹਾਨੂੰ ਕਹਿਣ ਉਸ ਨੂੰ ਆਪਣੇ ਹਿਰਦੇ ਉੱਤੇ ਜੜ ਲੈਣਾ ਹੈ। ਨਿਸ਼ਠਰ ਪਛਤਾਏ ਨਮਰ ਹੋਏ ਜਾਏ ਹੈ। ਪਹਿਲਾਂ ਤੁਹਾਨੂੰ ਕੌੜੇ ਵਚਨ ਬੋਲੇਗਾ, ਫਿਰ ਤੁਹਾਡੇ ਕੋਲੋਂ ਆ ਕੇ ਪਛਤਾਪ ਕਰੇਗਾ, ਖਿਮਾ ਵੀ ਮੰਗੇਗਾ, ਪਰ ਤੁਸੀਂ ਉਹਨਾਂ ਦੇ ਅੱਗੇ ਨਹੀਂ ਬੋਲਣਾ, ਇਹ ਵਚਨ ਮੰਨਣਾ ਹੈ। ਫਿਰ ਤੁਹਾਡਾ ਵਚਨ ਮੰਨੇਗਾ, ਤੁਹਾਡੇ ਵਚਨਾਂ ਨੂੰ ਬਿਰਥਾ ਨਹੀਂ ਜਾਣ ਦੇਵੇਗਾ, ਨਿਸਫਲ ਨਹੀਂ ਜਾਣ ਦੇਵੇਗਾ, ਪੂਰਾ ਕਰੇਗਾ। ਅਰਦਾਸ ਕੀਤੀ ਨਾ ਸਾਧਸੰਗ ਜੀ, ਇੱਥੋਂ ਸਾਨੂੰ ਸ਼ੁਭ ਸਿੱਖਿਆ ਲੈਣੀ ਬਣਦੀ ਹੈ। ਭਾਈ ਗੁਰਦਾਸ ਜੀ ਦੇ ਅੰਦਰ ਵੀ ਸੂਖਮ ਹਉਮੈ ਆ ਗਈ ਸੀ ਕਿ ਮੈਂ ਪੋਥੀਆਂ ਲੈ ਆਵਾਂਗਾ। ਬਾਬਾ ਬੁੱਢਾ ਜੀ ਦੇ ਮਨ ਵਿੱਚ ਵੀ ਇਹ ਸੰਕਲਪ ਆ ਗਿਆ ਸੀ, ਅਸੀਂ ਲੈ ਆਵਾਂਗੇ, ਇਹ ਕਾਰਜ ਉਹਨਾਂ ਤੋਂ ਨਹੀਂ ਹੋਇਆ, ਮੈਂ ਕਰਾਂਗਾ, ਪਰ ਦੋਨਾਂ ਤੋਂ ਨਹੀਂ ਹੋਇਆ। ਧੰਨ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਇਸ਼ਨਾਨ ਕਰਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਇਹ ਗੁਰੂ ਅਮਰਦਾਸ ਸਾਹਿਬ ਜੀ ਇਹ ਕਾਰਜ ਤੁਸੀਂ ਆਪ ਕਿਰਪਾ ਕਰਕੇ ਪੂਰਾ ਕਰੋ, ਤੁਹਾਡੇ ਚਰਨਾਂ ਵਿੱਚ ਅਰਦਾਸ ਹੈ। ਨਿਮਰਤਾ ਧਾਰ ਕੇ ਅਰਦਾਸ ਕੀਤੀ ਤਾਂ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਪ੍ਰਤੱਖ ਦਰਸ਼ਨ ਦਿੱਤੇ ਔਰ ਦਰਸ਼ਨ ਦੇ ਕੇ ਵਚਨ ਕੀਤੇ ਕਿ ਤੁਹਾਡਾ ਇਹ ਕਾਰਜ ਇਸ ਤਰ੍ਹਾਂ ਪੂਰਾ ਹੋਵੇਗਾ ਔਰ ਤੁਸੀਂ ਹਿਰਦੇ ਵਿੱਚ ਨਿਮਰਤਾ ਹੀ ਰੱਖਣੀ ਹੈ ਔਰ ਮੋਹਨ ਤੁਹਾਡੇ ਕੋਲੋਂ ਖਿਮਾ ਵੀ ਜਾਚਨ ਕਰਨਗੇ। ਸਾਧ ਸੰਗਤ ਜੀ, ਜਦੋਂ ਸਿੱਖ ਗੁਰੂ ਦੇ ਪ੍ਰਾਇਣ ਹੋ ਜਾਂਦਾ ਨਾ, ਮਨ ਦਾ ਮਾਣ ਤਨ ਦਾ ਤਾਣ ਛੱਡ ਕੇ ਗੁਰੂ ਨੂੰ ਸਮਰਪਿਤ ਹੋ ਜਾਏ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਬਿਲ ਨੇਕੀ ਖਟਾਣ। ਸੂਖਣ ਵੀ ਹਉਮੈ ਮਨ ਵਿੱਚ ਆ ਜਾਏ ਨਾ, ਅਰਦਾਸ ਕਰਦਿਆਂ, ਸੇਵਾ ਕਰਦਿਆਂ, ਭਜਨ ਕਰਦਿਆਂ, ਸਤਸੰਗਤ ਕਰਦਿਆਂ ਗੱਲ ਨਹੀਂ ਬਣਦੀ, ਅੰਦਰੋਂ ਹਉਮੈ ਛੱਡ ਦੇਵੇ। ਹਉਮੈ ਤਜਨ ਨਾਮ ਲਿਵ ਲਾਵਨ, ਨਾਮ ਵਿੱਚ ਲਿਵ ਲਾਉਣੀ, ਹਉਮੈ ਨੂੰ ਤਿਆਗਣਾ। ਜਦੋਂ ਹਉਮੈ ਤਿਆਗ ਦਿੱਤੀ ਨਾ, ਫਿਰ ਆਪੇ ਗੁਰੂ ਸਾਰੇ ਕਾਰਜ ਸਵਾਰਦਾ। ਜੇ ਥੋੜ੍ਹੀ ਵੀ ਰੰਚਕ ਜਿੰਨੀ ਵੀ ਹਉਮੈ ਹੰਕਾਰ ਮਨ ਵਿੱਚ ਆ ਜਾਏ, ਮਾਣ ਆ ਜਾਏ ਨਾ, ਫਿਰ ਮਹਾਰਾਜ ਕਹਿੰਦੇ ਤੂੰ ਆਪਣੇ ਮਨ ਦਾ ਮਾਣ ਪੂਰਾ ਕਰਕੇ ਵੇਖ ਲੈ। ਜਦੋਂ ਤੂੰ ਮਨ ਦਾ ਮਾਣ ਛੱਡ ਦਿੱਤਾ ਉਦੋਂ ਆ ਜਾਏ, ਫਿਰ ਉਦੋਂ ਤੇਰਾ ਕਾਰਜ ਸਵਾਰ ਦੇਵਾਂਗੇ। ਇਸ ਕਰਕੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਮਨ ਦਾ ਮਾਣ ਤਿਆਗਣ ਵਾਸਤੇ, ਹਉਮੈ ਛੱਡਣ ਵਾਸਤੇ ਔਰ ਗੁਰੂ ਦੀ ਮਹਾਨ ਸ਼ਕਤੀ ਨੂੰ ਪ੍ਰਤੱਖ ਹੋਣ ਵਾਸਤੇ
ਇਹ ਸਾਡੇ ਲਈ ਪੂਰਨਾ ਪਾਇਆ ਸੱਚੇ ਪਾਤਸ਼ਾਹ ਜੀ। ਅਰਦਾਸ ਵੀ ਕੈਸੀ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ। ਸੇਵਕ ਭਾਵ ਧਾਰ ਕੇ ਨਿਮਰਤਾ ਨਾਲ ਅਰਦਾਸ ਕੀਤੀ, ਸਤਿਗੁਰੂ ਸਾਹਮਣੇ ਪ੍ਰਤੱਖ ਹੋ ਗਏ। ਕਹਿਣ ਲੱਗੇ ਹੁਣ ਤੁਹਾਡਾ ਕਾਰਜ ਪੂਰਾ ਹੋਏਗਾ। ਇਉਂ ਬਚਨ ਕਰਕੇ ਸਤਿਗੁਰੂ ਦੀ ਅੰਤਰ ਧਿਆਨ ਹੋ ਗਏ, ਅਲੋਪ ਹੋ ਗਏ ਸ੍ਰੀ ਗੁਰੂ ਅਮਰਦਾਸ ਜੀ। ਸ਼੍ਰੀ ਅਰਜਨ ਸੁਨ ਕਾਨ ਆਨੰਦ ਮਹਾਨੀਏ। ਗੁਰੂ ਅਮਰਦਾਸ ਜੀ ਦੇ ਬਚਨ ਜਦੋਂ ਕੰਨਾਂ ਵਿੱਚ ਪਾਏ, ਸੁਣ ਕੇ ਬੜਾ ਆਨੰਦ ਧੰਨ ਗੁਰੂ ਅਰਜਨ ਦੇਵ ਜੀ ਨੇ ਮੰਨਿਆ, ਪ੍ਰਾਪਤ ਕੀਤਾ। ਇੱਕ ਜਗ੍ਹਾ ਇੱਕ ਟਿਕਾਣੇ ਤੇ ਧੰਨ ਗੁਰੂ ਅਮਰਦਾਸ ਜੀ ਨੇ ਡੇਰਾ ਲਾ ਲਿਆ ਹੈ, ਸਾਰੀਆਂ ਸੰਗਤਾਂ ਦਾ ਉਤਾਰਾ ਕਰਾ ਦਿੱਤਾ। ਹੁਣ ਧੰਨ ਗੁਰੂ ਅਮਰਦਾਸ ਸਾਹਿਬ ਜੀ ਸਾਧ ਸੰਗਤ ਜੀ ਆਪਣੇ ਹੱਥਾਂ ਵਿੱਚ ਤੰਬੂਰਾ ਲੈ ਕਰਕੇ ਆਪਣੇ ਹੱਥਾਂ ਵਿੱਚ ਇਕੱਲੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਪ ਆਪਣੇ ਹੱਥ ਵਿੱਚ ਤੰਬੂਰਾ ਸਾਜ ਲੈ ਕਰਕੇ ਸੱਚੇ ਪਾਤਸ਼ਾਹ ਜੀ ਚੱਲੇ ਅਵਤਾਰ ਹੋਇਆ ਸਾਧ ਸੰਗਤ ਜੀ। ਉਸ ਅਸਥਾਨ ਤੇ ਚੁਬਾਰਾ ਸਾਹਿਬ ਵਾਲੇ ਅਸਥਾਨ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਗਏ ਤੰਬੂਰਾ ਲੈ ਕੇ। ਇਸ ਨੀਚੇ ਜੋ ਗਲੀ ਜਾਏ ਤਿਹਠਾ ਲਹੇ। ਜੋ ਉੱਥੇ ਨੇੜੇ ਗਲੀ ਨੀਵੀਂ ਥਾਂ ਤੇ ਵਗਦੀ ਸੀ ਨਾ, ਜਿੱਥੋਂ ਦੇ ਸਾਰੇ ਲੋਕ ਲੰਘਦੇ ਸਨ, ਜਵਾਰਾ ਸਾਹਿਬ ਦੇ ਬਿਲਕੁਲ ਨਾਲ ਹੀ ਸਾਹਮਣੇ, ਉੱਥੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਪਹੁੰਚ ਗਏ। ਭੂਤਲ ਬੈਠੇ ਆਪ ਸਿੱਖ ਤਬ ਦੇਖ ਕੇ। ਸਤਿਗੁਰੂ ਜੀ ਭੁੰਡੇ ਹੀ ਬੈਠ ਕੇ ਚੌਂਕਾ ਲਾ ਕੇ ਸਾਧ ਸੰਗਤ ਜੀ, ਔਰ ਉਸ ਸਮੇਂ ਭੁੰਡੇ ਬੈਠਿਆਂ ਨੂੰ ਵੇਖ ਕੇ ਸਿੱਖਾਂ ਨੇ ਦੌਰੇ ਆਸਨ ਲੈਣ ਸੋ ਬਿਸਮ ਬਸੇਖ ਕੇ ਬੜੇ ਹੈਰਾਨ ਹੋ ਕੇ। ਵਿਸ਼ੇਸ਼ ਤੌਰ ਤੇ ਸਿੱਖ ਸਤਿਗੁਰਾਂ ਦੇ ਥੱਲੇ ਵਿਛਾਉਣ ਵਾਸਤੇ ਵਿਛਾਈ ਵਾਲਾ ਆਸਣ ਲੈਣ ਵਾਸਤੇ ਗਏ ਕਿ ਸਤਿਗੁਰਾਂ ਦੇ ਥੱਲੇ ਆਸਣ ਵਿਛਾਈਏ, ਵਿਛਾਈ ਕਰੀਏ। ਸਫੈ ਗਲੀਚੇ ਆਦਿ ਸੋ ਆਦਿ ਲਿਆਏ ਪਿਸ਼ਾਬ ਨੇ। ਇਉਂ ਸਾਧ ਸੰਗਤ ਜੀ ਬੜੇ ਸੁੰਦਰ ਗਲੀਚੇ ਔਰ ਸਫਾ ਆਦਿਕ ਸੰਗਤਾਂ ਦੇ ਬੈਠਣ ਲਈ, ਸਤਿਗੁਰਾਂ ਦੀ ਗਲੀਚਾ ਆਦਿ, ਇਹ ਸਾਰੇ ਲਿਆਉਣਾ ਕੀਤੇ ਵਿਛਾਈ ਕਰਨ ਵਾਸਤੇ। ਦਿਲ ਬਾਤ ਕਹਿ ਸਭਨ ਕਹੇ ਸੋ ਹਟਾਵਨੇ। ਪਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਿਮਰਤਾ ਵਿੱਚ ਆ ਕੇ ਸਾਰਿਆਂ ਨੂੰ ਗਲੀਚੇ ਵਿਛਾਉਣ ਤੋਂ ਰੋਕ ਦਿੱਤਾ। ਗਲੀਚੇ ਨਹੀਂ ਵਿਛਾਏ, ਭੁੰਡੇ ਹੀ ਬੈਠ ਕੇ ਸੱਚੇ ਪਾਤਸ਼ਾਹ ਨਿਮਰਤਾ ਧਾਰ ਕੇ ਤੰਬੂਰਾ ਸੁਰ ਠਾਨ ਲੱਗੇ ਪੁਨ ਗਾਵਨੇ। ਤੰਬੂਰੇ ਨੂੰ ਸੁਰ ਕਰਕੇ ਉਸ ਵਕਤ ਗੁਰਬਾਣੀ ਦਾ ਇਹ ਸ਼ਬਦ ਸਤਿਗੁਰੂ ਜੀ ਨੇ ਕੀਰਤਨ ਰੂਪ ਵਿੱਚ ਗੌੜੀ ਰਾਗ ਵਿੱਚ ਗਾਇਆ। ਗੌੜੀ ਰਾਗ ਅਲਾਪ ਮਧੁਰ ਸੁਰ ਭਾਵਨੇ। ਬੜੀ ਮਿੱਠੀ ਸੁਰ ਵਿੱਚ ਜੋ ਹਰ ਇੱਕ ਦੇ ਮਨ ਨੂੰ ਭਾਉਂਦੀ ਹੈ, ਉਸ ਸੁਰ ਵਿੱਚ ਗੌੜੀ ਰਾਗ ਵਿੱਚ ਇਹ ਸ਼ਬਦ ਕੀਰਤਨ ਦੁਆਰਾ ਧੰਨ ਗੁਰੂ ਅਰਜਨ ਦੇਵ ਜੀ ਨੇ ਗਾਇਨ ਕੀਤਾ ਹੈ। ਸ਼ਬਦ ਬਨਾਵਤ ਜਾਤ ਹੈ। ਸਤਿਗੁਰੂ ਜੀ ਨਾਲ ਨਾਲ ਸ਼ਬਦ ਨੂੰ ਉਚਾਰੀ ਜਾਂਦੇ ਹੈ, ਨਾਲ ਨਾਲ ਗਾਈ ਜਾਂਦੇ ਹੈ। ਗੌੜੀ ਰਾਗ, ਗੌੜੀ ਰਾਗ ਵਿੱਚ ਇਹ
ਮੇਰੇ ਸ਼ਬਦ ਉਦੋਂ ਹੀ ਬਣਾਇਆ ਔਰ ਉਦੋਂ ਹੀ ਉਚਾਰਿਆ ਸੱਚੇ ਪਾਤਸ਼ਾਹ ਜੀ ਨੇ। ਰੱਬ ਉੱਚੀ ਧੁਨ ਦੇ ਉਦ ਹੈ, ਕਦੇ ਕਦੇ ਉੱਚੀ ਧੁਨ ਵਿੱਚ ਰਾਗ ਅਨੁਸਾਰ ਇਹ ਸ਼ਬਦ ਦਾ ਕੀਰਤਨ ਕਰਦੇ ਆ, ਸੱਚੇ ਪਾਤਸ਼ਾਹ ਆਪ ਕਰ ਰਹੇ ਹੈ। ਰੱਬ ਧੁਨ ਸਹਿਜੇ ਲਾਗ, ਕਦੇ ਕਦੇ ਸਹਿਜੇ ਨੀਵੀਂ ਸੁਰ ਵਿੱਚ ਆ ਕੇ ਸਤਿਗੁਰੂ ਜੀ ਇਹ ਸ਼ਬਦ ਦੀਆਂ ਪੰਕਤੀਆਂ ਨੂੰ ਆਪਣੇ ਮੁਖਾਰ ਪਿੰਡ ਤੋਂ ਰਾਗ ਵਿੱਚ ਗਾਇਨ ਕਰਦੇ ਹਨ। ਸ਼੍ਰੀ ਮੁਖ ਵਾਪ ਕੌੜੀ ਮਹੱਲਾ ਪੰਜਵਾ, ਕੌੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ਼ਬਦ ਦੀ ਪਹਿਲੀ ਪੌੜੀ ਉਚਾਰੀ ਹੈ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਇਹ ਮੋਹਨ ਜੀ ਤੁਹਾਡੇ ਬੜੇ ਸੁੰਦਰ ਉੱਚੇ ਉੱਚੇ ਮੰਦਰ ਹਨ, ਮਹਿਲ ਹਨ, ਇਹਨਾਂ ਦੀ ਇੰਨੀ ਵੱਡੀ ਸੁੰਦਰ ਸ਼ੋਭਾ ਹੈ ਜਿਹਦਾ ਅੰਤ ਨਹੀਂ ਦੱਸਿਆ ਜਾ ਸਕਦਾ। ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮ ਸਾਲਾ, ਮੋਹਨ ਜੀ ਜਿਹੜਾ ਤੁਹਾਡਾ ਦਰ ਹੈ ਬੜਾ ਸੁੰਦਰ ਸੋਹਮਨੀਕ ਹੋ ਰਿਹਾ ਔਰ ਤੁਸੀਂ ਸੰਤ ਸਰੂਪ ਹੋ ਕੇ ਇਸ ਧਰਮਸ਼ਾਲਾ ਵਿੱਚ ਜਿੱਥੇ ਗੁਰੂ ਅਮਰਦਾਸ ਜੀ ਨਿਵਾਸ ਰੱਖਦੇ ਸਨ ਉੱਥੇ ਨਿਵਾਸ ਰੱਖਿਆ ਹੈ। ਧਰਮਸਾਲ ਅਪਾਰ ਤਿਆਰ ਠਾਕੁਰ ਸਦਾ ਕੀਰਤਨ ਗਾਵਹਿ, ਇਸ ਧਰਮਸਾਲ ਵਿੱਚ ਜਿਸ ਪਰਮੇਸ਼ੁਰ ਦਾ ਪਾਰਾ ਵਾਰ ਨਹੀਂ ਪਾਇਆ ਜਾਂਦਾ, ਜੋ ਦਿਆਲੂ ਹੈ ਸਰਬ ਦਾ ਠਾਕੁਰ ਮਾਲਕ ਹੈ ਉਹਦਾ ਸਦਾ ਹੀ ਤੁਸੀਂ ਕੀਰਤਨ ਗਾਉਂਦੇ ਭਾਵ ਉਹਦੀ ਭਗਤੀ ਕਰਦੇ ਹੋ, ਨਾਮ ਵਿੱਚ ਜੁੜੇ ਹੋਏ ਹੋ। ਜਿੱਥੇ ਸਾਧੂ ਸੰਤ ਇਕੱਠੇ ਹੋ ਕੇ ਸਤਸੰਗਤ ਕਰਦੇ ਆ ਤੁਝਾ ਧਿਆਵਹਿ, ਇੱਥੇ ਵੀ ਤੁਹਾਨੂੰ ਸਾਰੇ ਯਾਦ ਕਰਦੇ ਹਨ, ਅਸੀਂ ਵੀ ਯਾਦ ਕਰ ਰਹੇ ਹਾਂ। ਕਰ ਦਇਆ ਮਾਇਆ ਦਇਆਲ ਸਵਾਮੀ, ਦਇਆ ਦੇ ਘਰ ਮਾਇਆ ਕਿਰਪਾਲਤਾ ਦੇ ਘਰ ਹੈ ਦਿਆਲੂ ਸਰੂਪ ਪਰਮੇਸ਼ਰ ਦੇ ਸਵਾਮੀ ਪਰਮੇਸ਼ਰ ਦੇ ਪਿਆਰੇ ਦੀ ਕਿਰਪਾ ਕਰੋ, ਦੀਨ ਕਿਰਪਾ ਆਪਣੇ ਦਾਸਾਂ ਤੇ ਕਿਰਪਾਲਤਾ ਕਰੋ, ਦਿਆਲਤਾ ਕਰੋ। ਬਿਨਵੰਤ ਨਾਨਕ ਦਰਸ ਪਿਆਸੇ, ਬੇਨਤੀ ਕਰਦੇ ਹਾਂ ਤੁਹਾਡੇ ਦਰਸ਼ਨਾਂ ਦੀ ਪਿਆਸ ਹੈ ਸਾਨੂੰ ਬਹੁਤ ਹੀ ਲੱਗੀ ਹੋਈ, ਮਿਲ ਦਰਸ਼ਨ ਸੁਖ ਸਾਰਾ, ਤੁਹਾਨੂੰ ਮਿਲ ਕੇ ਤੁਹਾਡੇ ਦਰਸ਼ਨ ਕਰਕੇ ਸਾਰਾ ਸੁਖ ਹੀ ਮਿਲੇਗਾ, ਇਹ ਪਹਿਲਾ ਭਾਵ ਇਹ ਹੈ। ਅੰਤਰੀ ਭਾਵ ਇਸੇ ਤਰ੍ਹਾਂ ਸੁਣੋ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਦਾ ਅਰਥ ਹੁੰਦਾ ਪਿਆਰਾ, ਪਿਆਰਾ ਕੌਣ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਹੇ ਸੱਚੇ ਪਾਤਸ਼ਾਹ ਤੇਰਾ ਸੱਚਖੰਡ ਰੂਪ ਜਿਹੜਾ ਘਰ ਹੈ ਮਹਿਲ ਹੈ ਉਹ ਉੱਚਿਆਂ ਤੋਂ ਉੱਚਾ ਹੈ ਔਰ ਤੇਰੇ ਉਸ ਰੂਪ ਦਾ ਅੰਤ ਨਹੀਂ ਪਾਇਆ ਜਾ ਸਕਦਾ। ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸਾਲਾ, ਹੇ ਵਾਹਿਗੁਰੂ ਪਿਆਰੇ ਪਰਮੇਸ਼ਰ ਤੇਰਾ ਦਰ ਸਦਾ ਹੀ ਸੋਹਮਨੀਕ ਹੈ ਔਰ ਜਿਹੜੇ ਜਿੱਥੇ ਸੱਚਖੰਡ ਰੂਪ ਦਰ ਤੇਰਾ ਸੋਹਮਨੀਕ ਹੈ ਉੱਥੇ ਜਿਸ ਧਰਮ ਸਥਾਨ ਤੇ ਸੰਤ ਬੈਠ ਕੇ ਤੇਰਾ ਜਸ ਕਰਦੇ ਆ ਨਾ, ਮਾਤ ਲੋਕ ਦੇ ਵਿੱਚੋਂ ਤੇਰਾ ਸਤਸੰਗਤ ਰੂਪ ਘਰ ਵੀ ਉਹ ਵੀ ਇਸ ਮਾਤ ਲੋਕ ਵਿੱਚ ਤੇਰਾ ਸੱਚਖੰਡ ਰੂਪ ਦਰ ਹੈ ਘਰ ਹੈ। ਧਰਮਸਾਲ ਅਪਾਰ ਤਿਆਰ ਠਾਕੁਰ, ਹੇ ਠਾਕੁਰ ਸਰਬ ਦੇ ਮਾਲਕ ਤੂੰ ਧਰਮ ਦੇ ਭਾਵ ਜਿਨ੍ਹਾਂ ਨੇ ਧਰਮ ਨੂੰ ਕਮਾਇਆ ਉਹਨਾਂ ਦੇ ਸਾਲ ਹਿਰਦੇ ਦੇ ਵਿੱਚ ਤੂੰ ਵਸਦਾ, ਦਿਆਲੂ ਹੈ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਸਦਾ ਕੀਰਤਨ ਗਾਵਹਿ,
ਪਰਮਾਤਮਾ ਦੇ ਹਿਰਦੇ ਵਿੱਚ ਵਸਦਾ, ਉਹ ਸਦਾ ਤੇਰਾ ਕੀਰਤਨ ਗਾਉਂਦੇ ਆ, ਤੇਰੇ ਨਾਮ ਵਿੱਚ ਜੁੜੇ ਹੈ, ਉਹਨਾਂ ਦੀ ਬਿਰਤੀ ਤੇਰੇ ਨਾਮ ਕੀਰਤਨ ਵਿੱਚ ਸਦਾ ਵਾਸਤੇ ਲੱਗੀ ਹੈ। ਸਾਧ ਸੰਤ ਇਕੱਤਰ ਹੋਵੇ, ਜਿੱਥੇ ਸਾਧੂ ਅਤੇ ਸੰਤ ਇਕੱਤਰ ਹੋ ਕਰਕੇ ਤੈਨੂੰ ਧਿਆਉਂਦੇ ਆ, ਚੇਤੇ ਕਰਦੇ ਆ, ਤੇਰਾ ਕੀਰਤਨ ਭਜਨ ਕਰਦੇ ਆ। ਸਾਰੇ ਦੇ ਸਵਾਮੀ ਮਾਲਕ, ਦਇਆ ਕਰਨ ਵਾਲਾ, ਮਾਇਆ ਮਿਹਰਬਾਨਗੀ ਕਿਰਪਾਲਤਾ ਕਰਨ ਵਾਲਾ, ਦਿਆਲੂ ਹੈ ਤੂੰ ਸੱਚੇ ਪਾਤਸ਼ਾਹ। ਦੀਨ ਕਿਰਪਾਲਾ, ਦੀਨਾਂ ਦੇ ਉੱਤੇ, ਦੁਖੀਆਂ ਦੇ ਉੱਤੇ ਆਪਣੀ ਕਿਰਪਾ ਕਰਨ ਵਾਲਾ, ਸਦਾ ਵਾਸਤੇ ਤੇਰਾ ਬਿਰਦ ਹੈ। ਸੰਤ ਜਿਹੜੇ ਉਹ ਤੇਰੇ ਅੱਗੇ ਅਰਦਾਸਾਂ ਕਰਦੇ ਆ ਕਿ ਹੇ ਮਹਾਰਾਜ, ਸਾਡੀਆਂ ਬਲਵੰਤ ਬੇਨਤੀਆਂ ਹਨ ਕਿ ਅਸੀਂ ਤੇਰੇ ਦਰਸ਼ਨਾਂ ਦੇ ਪਿਆਸੇ ਹਾਂ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਮਿਲ ਦਰਸ਼ਨ ਸੁਖ ਸਾਰਾ, ਸਾਰਾ ਸੁਖ ਪੂਰਨ ਆਤਮਕ ਆਨੰਦ ਦਾ, ਤੇਰੇ ਮਿਲਾਪ ਦਾ ਆਨੰਦ ਸੰਪੂਰਨ ਸੁਖ, ਤੇਰੇ ਦਰਸ਼ਨਾਂ ਵਿੱਚੋਂ ਪੂਰਾ ਪ੍ਰਾਪਤ ਹੋਣਾ ਹੈ, ਇਹ ਅੰਤਰੀ ਭਾਵ ਹੈ ਸ਼ਬਦ ਦਾ। ਸ਼ਬਦ ਦੀ ਪਹਿਲੀ ਪੌੜੀ ਦੇ ਕੀਰਤਨ ਦੀ ਧੁਨ ਪਈ ਨਾ, ਤਾਂ ਸਾਰਾ ਬਿਰਤਾਂਤ ਸਮਝ ਗਏ ਕਿ ਕਿਉਂ ਇਹ ਕੀਰਤਨ ਕਰ ਰਹੇ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ। ਚੌਬਾਰੇ ਕੇ ਵਿਖੇ ਜੋ ਤਾਕੀ ਬਾਤ ਕੋ, ਜਿਹੜੀ ਚੁਬਾਰੇ ਨੂੰ ਨਾ ਬਾਰੀ ਤਾਕੀ ਲੱਗੀ ਹੋਈ ਸੀ, ਉਹ ਪਹਿਲਾਂ ਬੰਦ ਸੀ। ਬਾਬਾ ਮੋਹਨ ਜੀ ਦੀ ਸਮਾਧੀ ਖੁੱਲੀ, ਉਹਨਾਂ ਨੇ ਬਾਰੀ ਖੋਲ੍ਹ ਕੇ ਵੇਖਿਆ, ਤਾਕੀ ਨੂੰ ਖੋਲ੍ਹਿਆ, ਬਾਰੀ ਖੋਲੀ ਤੇ ਗਲੀ ਵੱਲ ਆਪਣਾ ਮੁਖ ਕੀਤਾ ਕੇ ਵੇਖਿਆ ਹੈ। ਸ਼੍ਰੀ ਅਰਜਨ ਦੇਸ਼ ਦੇਖ ਬਾਤ ਕੋ ਉਚਰਿਓ, ਉਸ ਵਕਤ ਗੁਰੂ ਅਰਜਨ ਦੇਵ ਜੀ ਦੇ ਵੱਲ ਵੇਖ ਕੇ ਨਾ ਬਾਬਾ ਮੋਹਨ ਜੀ ਨੇ ਉੱਚੀ ਦੇਣੇ ਗਰਜ ਕੇ ਬੋਲ ਕੇ ਬਚਨ ਕੀਤਾ, ਚੁਬਾਰੇ ਦੇ ਵਿੱਚੋਂ ਉੱਚੀ ਦੇਣੇ ਗਰਜ ਕੇ ਕਿਹਾ, ਸਾਡੇ ਪਿਤਾ ਕੋਲੋਂ ਤੁਸੀਂ ਲੈ ਲਈ, ਆਪ ਹੀ ਤੁਹਾਡੇ ਪਿਤਾ ਨੇ, ਭਾਵ ਸ਼੍ਰੀ ਗੁਰੂ ਰਾਮਦਾਸ ਜੀ ਨੇ ਮਹਾਨ ਪਦਵੀ ਸੀ, ਉਹ ਤੁਸੀਂ ਲੈ ਲਈ, ਤੁਹਾਡੇ ਪਿਤਾ ਨੇ, ਤੇ ਅੱਗੋਂ ਤੁਸੀਂ ਸੋਢੀਆਂ ਨੇ, ਭਾਵ ਤੁਹਾਡੇ ਪਿਤਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ, ਸੋਢ ਕੁੱਲ ਵਾਲਿਆਂ ਨੇ ਸੇਵਾ ਕਰਕੇ ਉਹ ਗੁਰਤਾ ਗੱਦੀ ਦੀ ਵਸਤੂ ਲੈ ਲਈ, ਅਮੋਲਕ ਦਾਤ, ਉਹ ਸਾਡੇ ਕੋਲੇ ਨਹੀਂ ਰਹੀ, ਸਾਡੇ ਪਾਸ ਨਹੀਂ ਹੈ ਉਹ ਹੁਣ ਇਸ ਵਕਤ। ਤੁਹਾਡੀ ਵੀ ਆਪਸ ਵਿੱਚ ਨਹੀਂ ਬਣੀ, ਤੁਹਾਡਾ ਵੀ ਤਿੰਨਾਂ ਦਾ ਆਪਸ ਵਿੱਚ ਝਗੜਾ ਪੈ ਗਿਆ।
ਵੈਕੁੰਠ ਵਿਰੋਧ ਉਠਾਏ। ਉਹ ਤੁਹਾਡੇ ਪਿਤਾ ਜਦੋਂ ਸਤਖੰਡ ਚਲੇ ਗਏ ਫਿਰ ਤੁਹਾਡੇ ਵਿੱਚ ਬੜਾ ਭਾਰੀ ਵਿਰੋਧ ਬੈਰ ਪੈ ਗਿਆ ਹੈ। ਪਾਟਕ ਘਰ ਮੈਂ ਪਾਏ ਜੋ ਕਪਟ ਕਮਾਏ। ਉਹ ਘਰ ਵਿੱਚ ਪਾਟਕ ਪੈ ਗਿਆ ਤੇ ਤੁਸੀਂ ਕਪਟ ਕਮਾਇਆ। ਗੁਰੂ ਅਰਜਨ ਦੇਵ ਜੀ ਨੂੰ ਬੋਲਦੇ ਆ ਕੌੜੇ ਸ਼ਬਦ, ਨਿਸ਼ਚਲ ਸ਼ਬਦ ਕਿਹਾ ਸੀ ਨਾ, ਕੌੜੇ ਕਠੋਰ ਬਚਨ ਬੋਲੇਗਾ ਬਹੁਤ ਤੁਹਾਨੂੰ। ਕਹਿੰਦਾ ਤੁਸੀਂ ਕਪਟ ਕਮਾਇਆ ਉਹਨਾਂ ਦੇ ਨਾਲ ਦੂਜਿਆਂ ਨਾਲ। ਵੱਡਾ ਭਰਾ ਸੀ, ਦੁਨੀਆ ਜਾਣਦੀ ਸੀ, ਪਿੱਥੀਆਂ ਨੂੰ ਘਰ ਵਿੱਚੋਂ ਤੁਸੀਂ ਕੱਢ ਦਿੱਤਾ। ਬੈਠੋ ਗੁਰਬਾਨ ਆਪਣਾ ਲੀਨ ਸ਼ਾਮ ਤੇ। ਕਹਿੰਦੇ ਸੁਲਾ ਸਫਾਈ ਨਾਲ ਏਕਤਾ ਨਾਲ ਮਿਲ ਕੇ ਨਹੀਂ ਬੈਠੇ, ਉਹਨੂੰ ਘਰੋਂ ਕੱਢ ਕੇ ਆਪ ਗੁਰੂ ਬਣ ਕੇ ਬੈਠ ਗਏ। ਧੰਨ ਗੁਰੂ ਅਰਜਨ ਦੇਵ ਜੀ ਨੂੰ ਇਹ ਵਾਕ ਬੜੇ ਕਠੋਰ ਬੋਲੇ ਆ। ਲਾਜ ਨਾ ਧਾਰਿਓ ਆਪ ਅਦਾ ਚੱਲ ਆਇਓ। ਤੁਸੀਂ ਥੋੜੀ ਜੀ ਵੀ ਮਨ ਵਿੱਚ ਲੱਜਿਆ ਨਹੀਂ ਧਾਰਨ ਕੀਤੀ, ਹੁਣ ਆਪ ਚੱਲ ਕੇ ਆ ਗਏ ਸਾਡੇ ਪਾਸ, ਸੰਕੋਚ ਨਹੀਂ ਕੀਤਾ ਥੋੜੇ ਜਿੰਨਾ ਵੀ। ਸਤਿਗੁਰੂਆਂ ਕੇ ਸ਼ਬਦ ਲੈਣ ਹਿੱਤ ਧਾਇਓ। ਸਾਰੇ ਗੁਰੂਆਂ ਦੀ ਜਿਹੜੀ ਬਾਣੀ ਹੈ, ਸ਼ਬਦ ਰਚੇ ਹੈ, ਉਹ ਲੈਣ ਵਾਸਤੇ ਬੜੀ ਛੇਤੀ ਦੌੜ ਕੇ ਆ ਗਏ ਅੰਮ੍ਰਿਤਸਰ ਸਾਹਿਬ ਤੋਂ। ਯਤਨ ਕਰ ਰਹੇ ਨਾ ਬਸ ਕੁਛ ਚੱਲੇ। ਹੋਰ ਯਤਨ ਤਾਂ ਬੜੇ ਕੀਤੇ ਪਰ ਤੁਹਾਡਾ ਬਸ ਨੀ ਜਦੋਂ ਚੱਲਿਆ। ਭੁੰਦਲ ਬੈਠ ਗਲੀ ਗਲੀਨ ਪਖੰਡ ਪਸਾਲੇ। ਕਹਿੰਦਾ ਬਾਬਾ ਮੋਹਨ ਦੇਖੋ ਕਿੱਥੋਂ ਤੱਕ ਕਠੋਰ ਸ਼ਬਦ ਬੋਲ ਰਿਹਾ। ਕਹਿੰਦਾ ਗਲੀ ਵਿੱਚ ਭੁੰਡੇ ਬੈਠ ਕੇ ਬੜਾ ਵੱਡਾ ਪਖੰਡ ਕਰਕੇ ਦਿਖਾ ਰਹੇ ਹੋ ਤੁਸੀਂ। ਥੱਲੇ ਬੈਠ ਕੇ ਤੇ ਬਹੁਤ ਵੱਡਾ ਇਹ ਪਖੰਡ ਦਾ ਠਾਠ ਬਣਾਇਆ ਤੁਸੀਂ ਕੀਤਾ ਹੈ। ਨਿਰਗੁਣ ਬਹੀਨੋ ਲਾਜ ਨਿਸ਼ੰਕ ਸਮਾਇਆ। ਕਹਿੰਦਾ ਨਿਰਗੁਣ ਬਹੀਨੋ ਲਾਜ ਨਿਸ਼ੰਕ ਸਮਾਇਆ। ਤੁਹਾਨੂੰ ਥੋੜ੍ਹੀ ਜਿੰਨੀ ਵੀ ਸੰਕੋਚ ਨਹੀਂ ਆਈ, ਥੋੜ੍ਹੀ ਜਿੰਨੀ ਵੀ ਤੁਸੀਂ ਲੱਜਿਆ ਨਹੀਂ ਕੀਤੀ, ਔਰ ਤੁਸੀਂ ਇਹ ਵੀ ਨਹੀਂ ਵੇਖਿਆ ਕਿ ਇਸ ਤਰ੍ਹਾਂ ਕਰਾਂਗੇ ਤਾਂ ਲੋਕੀ ਕੀ ਕਹਿਣਗੇ। ਭਾਵ ਸ਼ੁਭ ਗੁਣਾਂ ਤੋਂ ਰਹਿਤ ਹੋ ਕੇ, ਸ਼ੁਭ ਗੁਣਾਂ ਨੂੰ ਛੱਡ ਕੇ, ਜਿਹੜੀ ਥੋੜੀ ਬਹੁਤੀ ਲੱਗਿਆ ਆਦਿਕ ਮੰਨਣੀ ਉਹ ਵੀ ਛੱਡ ਦਿੱਤੀ ਤੁਸੀਂ। ਕਿੱਥੇ ਵੀ ਨਹੀਂ ਦੇਖਿਆ ਕਿ ਇਹ ਕਰਮ ਨਹੀਂ ਕਰਨ ਵਾਲਾ, ਢੀਠਾਂ ਵਾਲਾ ਕਰਮ ਕੀਤਾ, ਥੋੜੀ ਜਿੰਨੀ ਵੀ ਲੱਗਿਆ ਨਹੀਂ ਕੀਤੀ ਆ ਤੁਸੀਂ। ਜਗਤ ਕੋ ਤੁਸੀਂ ਰੱਬ ਦਾ ਭੇਤ ਨਹੀਂ ਜਾਣਿਆ, ਲੋਕਾਂ ਨੂੰ ਤੇ ਸੰਸਾਰ ਨੂੰ ਠੱਗਦੇ ਫਿਰਦੇ ਹੋ ਐਸਾ ਪਖੰਡ ਬਣਾ ਕੇ। ਸਦਾ ਦਿਖਾਏ ਅਧੀਨ ਆਪਣ ਪਉ ਭਗਤ ਕੋ। ਆਪਣੇ ਆਪ ਨੂੰ ਇਸ ਤਰ੍ਹਾਂ ਦਿਖਾਉਂਦੇ ਹੋ ਕਿ ਮੈਂ ਸਭ ਤੋਂ ਵੱਡਾ ਭਗਤ ਹੈ ਔਰ ਸਾਰਿਆਂ ਤੋਂ ਵੀ ਮੈਂ ਅਧੀਨ ਨੀਵਾਂ ਹਾਂ। ਦਿਖਾਵਾ ਇਸ ਤਰ੍ਹਾਂ ਦਾ ਭਗਤੀ ਵਾਲਾ ਕਰਦੇ ਹੋ ਹਮੇਸ਼ਾ। ਨਿੰਦਿਆ ਉਸਤਤ ਵਿਆਜ ਬਚਨ ਮੋਹਨ ਕਹੇ। ਬਾਬਾ ਮੋਹਨ ਜੀ ਨੇ ਨਿੰਦਿਆ ਵਾਲੇ ਵੀ ਤੇ ਉਸਤਤੀ ਭਾਵ ਨਿੰਦਿਆ ਵਿਆਜ ਉਸਤਤੀ। ਸਾਧ ਸੰਗਤ ਜੀ ਇਹ ਨਾ ਜਿਹੜੇ ਐਸੇ ਬਚਨ ਹੁੰਦੇ ਆ ਨਿੰਦਾਜਨਕ ਬਚਨ ਕਰਦਿਆਂ ਹੋਇਆਂ ਨਾਲ ਗੁਰੂ ਸਾਹਿਬ ਜੀ ਦੀ ਉਸਤਤ ਕਰ ਗਏ।
ਨਿੰਦਿਆ ਦੇ ਬਚਨਾਂ ਨਾਲ ਉਸਤਤੀ ਦਾ ਵਿਆਜ ਜੋੜ ਦਿੱਤਾ, ਭਾਵ ਕਿ ਤੁਸੀਂ ਇੰਨੀ ਨਿਮਰਤਾ ਔਰ ਥੱਲੇ ਹੀ ਬੈਠ ਗਏ ਔਰ ਫਿਰ ਤੁਸੀਂ ਸਾਰੀਆਂ ਸੇਵਾਵਾਂ ਕਰਕੇ ਇਹ ਸਾਰਾ ਕੁਝ ਲੈ ਲਿਆ। ਇਹ ਸਾਰੇ ਬਚਨ ਉਹਨਾਂ ਨੇ ਨਿੰਦਿਆ ਦੇ ਨਾਲ ਉਸਤਤੀ ਦਾ ਵਿਆਜ ਲਾ ਕੇ ਬਾਬਾ ਮੋਹਨ ਜੀ ਨੇ ਬੜੇ ਕਠੋਰ ਕਠੋਰ ਦੇ ਬਚਨ ਕਹਿ ਦਿੱਤੇ ਬਾਬਾ ਜੀ ਨੇ ਸਤਿਗੁਰਾਂ ਨੂੰ। ਗੁਰ ਅਰਜਨ ਹੀ ਜਾਨ ਅਪਰ ਨਹ ਕਿਸ ਲਹੇ। ਹੁਣ ਧੰਨ ਗੁਰੂ ਅਰਜਨ ਦੇਵ ਜੀ ਜਾਣਦੇ ਹੈ, ਇਹ ਅਲੰਕਾਰ ਹੁੰਦਾ ਸਾਧ ਸੰਧੀ ਕਾਵਿ ਦੇ ਵਿੱਚ, ਨਿੰਦਾ ਵਿਆਜ ਉਸਤਤੀ ਇਸ ਨੂੰ ਕਹਿੰਦੇ ਹੈ। ਸਤਿਗੁਰੂ ਜਾਣਦੇ, ਹੋਰ ਨਹੀਂ ਕੋਈ ਸਮਝ ਸਕਿਆ। ਦੂਜਿਆਂ ਨੇ ਤਾਂ ਸਮਝਿਆ ਵੀ ਨਿੰਦਿਆ ਕਰਦੇ ਹੈ, ਪਰ ਨਿੰਦਿਆ ਨਹੀਂ, ਇਹ ਤਾਂ ਸਤਿਗੁਰਾਂ ਦੀ ਮਹਿਮਾ ਹੀ ਕੀਤੀ ਗਈ ਹੈ ਇੱਕ ਕਿਸਮ ਦੀ। ਸੁਣਤ ਤੰਬੂਰਾ ਹੱਥ ਬਹੁਰ ਗਾਵਨ ਕਰਿਓ। ਹੋਰ ਨਹੀਂ ਕੋਈ ਸਮਝ ਸਕਿਆ। ਸਤਿਗੁਰੂ ਜੀ ਸੁਣ ਕੇ ਸ਼ਾਂਤ ਰਹੇ। ਸਤਿਗੁਰਾਂ ਨੇ ਤੰਬੂਰਾ ਲੈ ਕੇ ਫਿਰ ਅਗਲੀਆਂ ਇਹ ਸ਼ਬਦ ਦੀਆਂ ਪੌੜੀਆਂ ਦਾ ਕੀਰਤਨ ਸ਼ੁਰੂ ਕਰ ਦਿੱਤਾ। ਉਹ ਜਿਸ ਮੈਂ ਕੀਰਤ ਦੀ ਸ਼ਰਵਨ ਮੈਂ ਰੱਬ ਪਰੇ ਹੋ। ਸਾਧ ਸੰਗਤ ਦੀ ਇਹ ਸ਼ਬਦ ਵਿੱਚ ਬਾਬਾ ਮੋਹਨ ਜੀ ਦੀ ਬੜੀ ਮਹਿਮਾ ਅਗਲੀ ਪੌੜੀ ਦੇ ਵਿੱਚ ਕੀਤੀ ਹੈ। ਸ੍ਰੀ ਮੁਖ ਵਾਕ ਮੋਹਨ ਤੇਰੇ ਬਚਨ ਅਨੂਪ ਮੋਹਨ ਤੇਰੇ ਬਚਨ ਅਨੂਪ ਚਾਲਨ ਰਾਨੀ। ਇਹ ਅਗਲੀ ਪੌੜੀ ਵਿੱਚ ਫਰਮਾਨ ਕਰਦੇ ਬਾਬਾ ਮੋਹਨ ਜੀ, ਜਿਹੜੇ ਤੁਹਾਡੇ ਬਚਨ ਹੈ ਨਾ, ਜੋ ਤੁਸੀਂ ਕਹੇ ਹੈ, ਆਪਣੇ ਸ਼ੁਭ ਮੁਖਾਰ ਬਿੰਦ ਤੋਂ ਬੜੇ ਅਨੁਪਮ ਹਨ। ਤੁਹਾਡੀ ਚਾਲ ਨਿਰਾਲੀ ਹੈ, ਤੁਸੀਂ ਕਿਸੇ ਦੀ ਕਾਣ ਕਨੋਟ ਨਹੀਂ ਮੰਨਦੇ, ਬੇਪਰਵਾਹ ਹੋ। ਮੋਹਨ ਤੂੰ ਮਨ ਹੈ ਏਕ ਜੀ ਅਮਰ ਸਭ ਰਾਨੀ। ਤੇ ਮੋਹਨ ਜੀ ਤੁਸੀਂ ਇੱਕ ਪਰਮੇਸ਼ਰ ਨੂੰ ਮੰਨਣ ਵਾਲੇ ਹੋ, ਬਾਕੀ ਸਾਰਿਆਂ ਜੀਵਾਂ ਨੂੰ ਤੁਸੀਂ ਖਾਕ ਰਾਲੀ ਧੂੜੀ ਸਮਝਦੇ ਹੋ, ਕਿਸੇ ਦੀ ਪਰਵਾਹ ਨਹੀਂ ਕਰਦੇ। ਮਨ ਦਾ ਇੱਕ ਅਲੇਖ ਠਾਕੁਰ ਜਿਨ੍ਹਾਂ ਸਭ ਕੱਲ ਧਾਰੀਆ। ਉਸ ਇੱਕ ਅਲੇਖੇ ਤੋਂ ਰਹਿਤ ਜੋ ਪਰਮਾਤਮਾ ਵਾਹਿਗੁਰੂ ਹੈ, ਜਿਹਨੇ ਸਾਰੀ ਸ੍ਰਿਸ਼ਟੀ ਵਿੱਚ ਆਪਣਾ ਬਲ ਧਾਰਿਆ ਹੋਇਆ ਹੈ, ਉਸੇ ਨੂੰ ਮੰਨਣ ਵਾਲੇ ਹੋ। ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ। ਤੁਸੀਂ ਗੁਰੂ ਸਾਹਿਬ ਨੂੰ ਵੀ ਆਪਣੇ ਵਸ ਵਿੱਚ ਕਰ ਲਿਆ, ਪਰਮੇਸ਼ਰ ਨੂੰ ਵੀ ਵਸ ਕਰ ਲਿਆ, ਉਹਦੀ ਭਗਤੀ ਕਰਕੇ ਬੰਦਗੀ ਕਰਕੇ। ਆਪ ਚੱਲਿਆ ਆਪ ਰਹਿਆ ਆਪ ਸਭ ਕੱਲ ਧਾਰੀਆ। ਓ ਮੋਹਨ ਜੀ ਤੂੰ ਆਪ ਚੱਲਿਆ, ਆਪ ਇਸ ਮਾਰਗ ਤੇ ਭਗਤੀ ਤੇ ਚੱਲ ਕੇ ਸੰਸਾਰ ਵੱਲੋਂ ਸਾਰੇ ਔਗਣਾਂ ਤੋਂ ਰਹਿਤ ਹੋ ਗਏ ਔਰ ਸਾਰੀਆਂ ਸ਼ਕਤੀਆਂ ਨੂੰ ਤੁਸੀਂ ਧਾਰਨ ਕੀਤਾ ਹੋਇਆ ਹੈ। ਬਿਨਵੰਤ ਨਾਨਕ ਪੈਜ ਰੱਖੋ ਸਭ ਸੇਵਕ ਸਰਨ ਤੁਮਾਰੀ। ਅਸੀਂ ਤਾਂ ਬੇਨਤੀ ਕਰਦੇ ਹਾਂ ਕਿ ਸਾਡੀ ਆਇਆਂ ਦੀ ਪੈਜ ਰੱਖੋ, ਅਸੀਂ ਸਾਰੇ ਸੇਵਕ ਤੁਹਾਡੀ ਸ਼ਰਨ ਹਾਂ। ਇਸੇ ਪ੍ਰਕਾਰ ਮਹਾਰਾਜ ਫਰਮਾਉਂਦੇ ਹੈ, ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਨੀ। ਹੇ ਮੋਹਨ ਪਿਆਰੇ ਅਕਾਲ ਪੁਰਖ ਵਾਹਿਗੁਰੂ, ਤੇਰੇ ਬਚਨ ਜਿਹੜੇ ਆ ਬਾਣੀ ਦੁਆਰਾ, ਇਹ ਅਨੂਪਮ ਹਨ ਔਰ ਤੇਰੀ ਚਾਲ ਭਗਤਾਂ ਨੇ ਭਗਤੀ ਦੁਆਰਾ ਜਿਹੜੀ ਤੇਰੀ ਚਾਲ ਚਲਾਈ ਹੋਈ ਹੈ, ਨਿਰਾਲੀ ਹੈ, ਵੱਖਰੀ ਹੈ, ਜਿਹੜੇ ਇਸ ਮਾਰਗ ਤੇ ਚੱਲੇ ਹੈ। ਮੋਹਨ ਤੂੰ ਮਨ ਹੈ ਏਕ ਜੀ ਅਬਰ ਸਭ ਰਾਨੀ। ਇਹ ਪਿਆਰੇ ਵਾਹਿਗੁਰੂ ਤੈਨੂੰ ਇੱਕ ਨੂੰ ਸਾਰਾ ਸੰਸਾਰ ਮੰਨਦਾ ਹੈ, ਜਿੰਨੀ ਵੀ ਸਾਰੀ ਰਾਲੀ ਸ੍ਰਿਸ਼ਟੀ ਹੈ, ਹੋਰ ਸਾਰੇ ਜੀਵ ਮਨ ਹੈ
ਅਲੇਖ ਠਾਕੁਰ ਜਿਨ੍ਹਾਂ ਸਭ ਕਲ ਧਾਰੀਆ। ਲਿਖਤ ਰਹਿਤ ਹੈ ਵਾਹਿਗੁਰੂ, ਤੂੰ ਆਪ ਹੈ ਸਾਰੇ ਜੀਵਾਂ ਵਿੱਚ ਆਪਣੀ ਸ਼ਕਤੀ ਧਾਰਨ ਕੀਤੀ ਹੋਈ ਹੈ ਤੇ ਤੇਰੇ ਪਿਆਰੇ ਤੈਨੂੰ ਹੀ ਮੰਨਦੇ ਆ। ਬਚਨ ਗੁਰ ਕੈ ਵਸ ਕੀਆ ਆਦਿ ਪੁਰਖ ਬਨਵਾਰੀ। ਉਹਨਾਂ ਦੇ ਬਚਨਾਂ ਦੀ ਜਿਨ੍ਹਾਂ ਨੇ ਕਮਾਈ ਕੀਤੀ ਹੈ ਨਾ, ਉਹਨਾਂ ਨੇ ਆਦਿ ਪੁਰਖ ਵਾਹਿਗੁਰੂ ਪਰਮੇਸ਼ਵਰ ਨੂੰ ਜੋ ਸੰਸਾਰ ਬਣਦਾ ਮਾਲਕ ਆ ਉਸ ਨੂੰ ਆਪਣੇ ਵਸ ਵਿੱਚ ਕਰ ਲਿਆ ਗੁਰੂ ਦੇ ਬਚਨਾਂ ਦੀ ਕਮਾਈ ਕਰਦਿਆਂ ਸਾਰੇ ਥਾਵਾਂ ਤੇ ਤੇਰੀ ਸ਼ਕਤੀ ਹੀ ਤੂੰ ਟਿਕਾਈ ਹੋਈ ਹੈ। ਸਭ ਸੇਵਕ ਸਰਨ ਤੁਮਾਰੀ ਆ। ਮਹਾਰਾਜ ਅਸੀਂ ਬੇਨਤੀ ਪੂਰਵਕ ਤੇਰੇ ਚਰਨਾਂ ਚ ਬੇਨਤੀ ਕਰਦੇ ਹਾਂ, ਸਾਡੀ ਵੀ ਪੈਜ ਰੱਖੋ, ਅਸੀਂ ਵੀ ਤੇਰੇ ਸੇਵਕ ਹਾਂ, ਤੇਰੀ ਸ਼ਰਨ ਹਾਂ ਹੈ ਸੱਚੇ ਪਾਤਸ਼ਾਹ। ਮੋਹਨ ਜੀ ਨੇ ਆਪਣਾ ਜਸ ਪਹਿਲੀਆਂ ਪੰਕਤੀਆਂ ਵਿੱਚ ਉਹਨਾਂ ਨੇ ਆਪਣੇ ਵੱਲ ਨੂੰ ਇਹ ਭਾਵ ਲਾ ਕੇ ਸਮਝਿਆ ਕਿ ਮੇਰਾ ਜਸ ਕੀਤਾ ਹੈ। ਪ੍ਰਸੰਨ ਕਿਰਪਾਲ ਕਨੇਰਾ, ਬਹੁਤ ਪ੍ਰਸੰਨ ਹੋਏ, ਕਿਰਪਾਲੂ ਹੋ ਗਏ, ਦਿਆਲੂ ਹੋ ਗਏ ਕਿ ਗੁੱਸਾ ਨਹੀਂ ਕੀਤਾ, ਬੜਾ ਅਜਰ ਜਰਿਆ। ਮੈਂ ਤਾਂ ਬੜੇ ਕਠੋਰ ਬਚਨ ਕਹੇ ਵੀ ਚਲੇ ਜਾਣਗੇ ਸੁਣ ਕੇ। ਕਈ ਵਾਰੀ ਸਾਧ ਸੰਗਤ ਜੀ ਵੱਡੇ ਪੁਰਸ਼ ਕਠੋਰ ਬਚਨ ਕਹਿ ਕੇ ਵੀ ਦੇਖਦੇ ਆ ਕਿ ਇਹਦੇ ਅੰਦਰ ਭਰੋਸਾ ਨਿਸ਼ਚਾ ਹੈ, ਇਹ ਖੜਦਾ ਵੀ ਹੈ। ਜੇ ਤਾਂ ਪਰਪੱਕ ਭਰੋਸੇ ਵਾਲਾ ਹੋਇਆ, ਸ਼ਰਧਾ ਵਾਲਾ ਹੋਇਆ, ਵਿਸ਼ਵਾਸ ਵਾਲਾ ਹੋਇਆ ਤਾਂ ਖੜਾ ਰਹੇਗਾ, ਨਹੀਂ ਤਾਂ ਦੌੜ ਜਾਏਗਾ ਜੇ ਕੱਚਾ ਹੋਇਆ। ਪੁਰਾਣੇ ਸਿੰਘ ਦੱਸਦੇ ਆ ਵੱਡੇ ਮਹਾਂਪੁਰਖ ਬਹੁਤ ਗੱਜ ਕੇ ਕਈ ਵਾਰੀ ਗੱਜ ਕੇ ਤਾੜਨਾ ਕਰ ਦਿੰਦੇ ਸਨ। ਜਿਹੜੇ ਕੱਚੇ ਪਿੱਲੇ ਉਹ ਭੱਜ ਜਾਂਦੇ ਸਨ, ਜਿਹੜੇ ਗੁਰਮੁਖ ਹੁੰਦੇ ਸਨ ਉਹ ਹੱਥ ਜੋੜ ਕੇ ਖੜੇ ਰਹਿੰਦੇ, ਉਹ ਸੇਵਾ ਵਿੱਚ ਲੱਗ ਜਾਂਦੇ। ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦੱਸਿਆ ਕਰਦੇ ਕਿ ਥੋੜ੍ਹੀ ਜਿਹੀ ਗਲਤੀ ਹੋ ਗਈ, ਸਾਰਾ ਸਾਰਾ ਦਿਨ ਇੱਕ ਇੱਕ ਮਹੀਨਾ ਉਸ ਗਲਤੀ ਦੀ ਘੂਰ ਪਈ ਜਾਣੀ। ਗਲਤੀ ਨਿੱਕੀ ਜੀ, ਘੂਰ ਪਹਾੜ ਜਿੰਨੀ ਪੈਣੀ। ਮਹਾਂਪੁਰਸ਼ਾਂ ਨੇ ਕਹਿੰਦੇ ਐਸਾ ਕੌਤਕ ਵਰਤਾ ਦਿੱਤਾ, ਕਹਿੰਦੇ ਮੈਂ ਵੀ ਮਨ 'ਚ ਫੈਸਲਾ ਕਰ ਲਿਆ ਕਈ ਵਾਰੀ, ਕਹਿੰਦੇ ਵੀ ਮਹਾਂਪੁਰਖੋ ਛੱਡ ਕੇ ਮੈਂ ਵੀ ਨਹੀਂ ਜਾਣਾ, ਜਿੰਨਾ ਤੁਹਾਡਾ ਫੁਰਨਾ ਉਨਾ ਹੀ ਘੂਰ ਲਓ, ਮਨ 'ਚ ਬਚਨ ਕਰ, ਜੋ ਤਾੜਨਾ ਕਰੀ ਜਾਓ ਕਰੀ ਜਾਓ, ਪਰ ਮੈਂ ਛੱਡ ਕੇ ਨਹੀਂ ਜਾਣਾ, ਤੁਹਾਡੀ ਸੇਵਾ ਵਿੱਚ ਹੀ। ਕਹਿੰਦੇ ਇਸ ਤਰ੍ਹਾਂ ਦ੍ਰਿੜ ਕਰ ਲਿਆ ਮਨ ਨੂੰ, ਗੁਰੂ ਮਹਾਰਾਜ ਨੇ ਕਿਰਪਾ ਕੀਤੀ। ਕਹਿੰਦੇ ਜਦੋਂ ਸਾਲ ਤੁਰਤ ਸਮਾਂ ਗੁਜ਼ਰਿਆ, ਮਹਾਂਪੁਰਖ ਕਹਿਣ ਲੱਗੇ ਭਾਈ ਤੂੰ ਬੜੀਆਂ ਘੂਰਾਂ ਝੱਲੀਆਂ, ਅਸੀਂ ਤਾਂ ਚਾਹੁੰਦੇ ਸੀ ਤੈਨੂੰ ਭਜਾ ਦਈਏ ਇੱਥੋਂ ਜਥੇ ਵਿੱਚੋਂ, ਦੌੜ ਜਾਏ ਤੂੰ ਚੱਲਿਆ ਜਾਏ, ਪਰ ਤੂੰ ਨਿਸ਼ਚਾ ਅਤੇ ਭਰੋਸਾ ਡੋਲ ਰੱਖਿਆ, ਹੁਣ ਸਾਰੀ ਜ਼ਿੰਦਗੀ ਅਖੀਰਲੇ ਸਵਾਸ ਤੱਕ ਤੂੰ ਜਥੇ ਦੀ ਸੇਵਾ ਕਰੇ। ਸੋ ਸਾਧ ਸੰਗਤ ਜੀ, ਉਹ ਬਾਬਾ ਮੋਹਨ ਜੀ ਵੱਲੋਂ ਸ਼ਬਦ ਕਰੜੇ ਕਹਿਣ ਦਾ ਵੀ ਭਾਵ ਸੀ ਕੋਈ, ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਨਿਮਰਤਾ ਨੂੰ ਵੇਖ ਰਹੇ ਸਨ ਕਿ ਜੇ ਮੇਰੀ ਮੇਰੇ ਪਿਤਾ ਦੀ ਥਾਂ 'ਤੇ ਹੈ, ਮੇਰੇ ਪਿਤਾ ਨੂੰ ਤਾਂ ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦੇ ਦਾਤੂ ਨੇ ਆ ਕੇ ਲੱਤ ਮਾਰ ਕੇ ਲੱਕ ਦੇ ਵਿੱਚ ਸਿੰਘਾਸਨ ਤੋਂ ਸਿੱਟ ਦਿੱਤਾ ਸੀ, ਅਤੇ ਉਹਨਾਂ ਨੇ ਚਰਨ ਪਕੜ ਕੇ ਚਰਨਾਂ ਨੂੰ ਮਲ ਲੱਗ ਪਏ ਸਨ ਕਿ ਗੁਰੂ ਕੇ ਸਾਹਿਬਜ਼ਾਦੇ ਹੋ,
ਸੇਵਾ ਕਰ ਕਰਕੇ ਸਰੀਰ ਸਖਤ ਹੋ ਗਿਆ, ਤੁਹਾਡੇ ਕੋਮਲ ਚਰਨਾਂ ਨੂੰ ਕਿਤੇ ਸੱਟ ਤਾਂ ਨਹੀਂ ਲੱਗੀ, ਚੋਟ ਤਾਂ ਨਹੀਂ ਆਈ, ਤਕਲੀਫ ਤਾਂ ਨਹੀਂ ਹੋਈ? ਉਹ ਦੇਖਿਆ ਹੋਇਆ ਸੀ ਸਾਰਾ ਆਪਣੇ ਸਾਹਮਣੇ ਅਜਬ ਮਾਜਰਾ। ਉਹ ਇਹ ਬਾਬਾ ਮੋਹਨ ਜੀ ਵੀ ਉਵੇਂ ਦੇਖਣਾ ਚਾਹੁੰਦੇ ਸਨ ਕਿ ਉਹਨਾਂ ਦ੍ਰਿੜਤਾ ਪੂਰਵਕ ਸ਼ਾਂਤੀ ਹੈ, ਨਿਮਰਤਾ ਹੈ, ਜੇਰਾ ਹੈ, ਪਰਬਤ ਮੇਰਾਨ ਪਰਬਤ ਵਰਗਾ ਜੇਰਾ ਹੈ। ਪਰ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਬਚਨ ਸਨ, ਕਿਉਂ ਜਦੋਂ ਬਾਬਾ ਮੋਹਨ ਜੀ ਨੇ ਸਾਰਾ ਕੁਝ ਕਹਿ ਕੁਹਾ ਕੇ ਫਿਰ ਸਤਿਗੁਰਾਂ ਨੇ ਅਗਲੀ ਪੌੜੀ ਦਾ ਕੀਰਤਨ ਕੀਤਾ, ਮਨ ਢਲ ਗਿਆ, ਪ੍ਰਸੰਨ ਹੋ ਗਿਆ। ਮਨ ਮੈਂ ਲਾਗ ਵਿਚਾਰਨ ਮੋਹਨ, ਉਸ ਵਕਤ ਮਨ ਵਿੱਚ ਬਾਬਾ ਮੋਹਨ ਜੀ ਵਿਚਾਰ ਕਰਨ ਲੱਗ ਪਏ, ਚਤੁਰ ਗੁਰੂ ਮੂਰਤ ਇਹ ਸੋਹਨ, ਆਖੋ ਭਾਈ ਵਾਹਿਗੁਰੂ। ਮਹਾਰਾਜ ਕਹਿੰਦੇ ਚਾਰੇ ਗੁਰਾਂ ਦੀ ਮੂਰਤੀ ਇਹਨਾਂ ਵਿੱਚ ਸੋਭ ਰਹੀ ਹੈ, ਚਾਰੇ ਗੁਰਾਂ ਦੀ ਜੋਤ ਇਹਨਾਂ ਵਿੱਚ ਹੁਣ ਪ੍ਰਤੱਖ ਜਗ ਰਹੀ, ਦਿਖਾਈ ਦੇ ਰਹੀ ਹੈ। ਕ੍ਰੋਧ ਈਰਖਾ ਤੇ ਵਿਕਾਰ ਆਦਿਕ ਜਿੰਨੇ ਵੀ ਹੈ, ਇਹਨਾਂ ਵਿੱਚੋਂ ਕੋਈ ਵੀ ਦਿਖਾਈ ਨਹੀਂ ਦਿੰਦਾ। ਸਤਰਤਾ ਸੋ ਪਛਤਾਵ ਹੈ, ਜਿਹੜਾ ਇਹਨਾਂ ਨਾਲ ਵੈਰ ਕਰੇਗਾ ਉਹ ਪਛਤਾਵੇਗਾ। ਸੇਵਾ ਕਰੇਗਾ ਸਾਰੇ ਸੁਖ ਪਾਵੇਗਾ। ਕਟਕ ਪਾਠ ਸੁਣ ਕੇ ਆਪ ਮੇਰੇ, ਕੋੜੇ ਤੋਂ ਕੋੜੇ ਮੇਰੇ ਬਚਨ ਸੁਣ ਕੇ, ਅਸ਼ੋਭ ਸਿੰਧ ਸਮਹੇਰੇ, ਸਮੁੰਦਰ ਦੀ ਤਰ੍ਹਾਂ ਅਸ਼ੋਭ ਰਹੇ, ਮਨ ਉੱਤੇ ਕੋਈ ਵੀ ਅਸਰ ਨਹੀਂ, ਰਚਕ ਜਿੰਨਾ ਵੀ ਹਿਰਦੇ ਵਿੱਚ ਅਸਰ ਨਹੀਂ ਹੋਇਆ, ਦੁੱਖ ਨਹੀਂ ਹੋਇਆ ਕਿਸੇ ਵੀ ਤਰ੍ਹਾਂ ਦਾ। ਸ਼ਾਂਤ ਹਿਰਦਾ ਸੰਗਤਾਂ ਮੁਝ ਸਾਥ, ਮੇਰੇ ਨਾਲ ਸ਼ਾਂਤ ਹਿਰਦਾ ਆਪਣਾ ਰੱਖ ਕੇ ਉਸੇ ਤਰ੍ਹਾਂ ਮੇਰੇ ਸਨਮਾਨ ਵਿੱਚ ਹਾਜ਼ਰ ਹਨ। ਸ਼ਬਦ ਸ੍ਰੀ ਅਰਜਨ ਨਾਥ, ਮਾਲਕ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਦਾ ਕੀਰਤਨ ਕੀਤਾ ਹੈ। ਸ੍ਰੀ ਗੁਰੂ ਅਮਰ ਪਿਤਾ ਕੇ ਬੈਨ, ਧੰਨ ਗੁਰੂ ਅਮਰਦਾਸ ਜੀ ਦੇ ਬੈਨ ਬਚਨ ਸਨ। ਕੀਨ ਵਿਕਾਰ ਜੇ ਮਾਨੇ ਮੈਂ ਨਾ, ਮੈਂ ਮੰਨੇ ਨਹੀਂ ਤਾਂ ਹੀ ਇਹ ਵਿਗਾੜ ਪਿਆ। ਮਹਾਰਾਜ ਜੀ ਨੇ ਕਿਹਾ ਸੀ ਕਿ ਮੋਹਨ ਚੌਥੇ ਪਾਤਸ਼ਾਹ ਜੀ ਨੂੰ ਮੱਥਾ ਟੇਕ, ਅਸੀਂ ਗੁਰਤਾ ਗੱਦੀ ਦੇ ਦਿੱਤੀ। ਬਾਬਾ ਮੋਹਨ ਜੀ ਕਹਿਣ ਲੱਗੇ ਨਹੀਂ, ਘਰ ਜਵਾਈ ਬਣਾਇਆ ਸੀ, ਇਹ ਤਾਂ ਘਰ ਦਾ ਨੌਕਰ ਸੀ, ਨੌਕਰ ਨੂੰ ਗੱਦੀ ਦੇ ਦਿੱਤੀ, ਮੈਂ ਇਹਦੇ ਅੱਗੇ ਮੱਥਾ ਟੇਕਾਂਗਾ। ਮਹਾਰਾਜ ਦੂਜੀ ਵਾਰੀ ਕਿਹਾ ਨਹੀਂ, ਕਹਿੰਦਾ ਮੈਂ ਨਹੀਂ ਟੇਕਣਾ। ਭਾਈ ਮੋਹਰੀ ਨੂੰ ਕਿਹਾ ਛੋਟੇ ਸਾਹਿਬਜ਼ਾਦੇ ਨੂੰ ਮੱਥਾ ਟੇਕ, ਉਹਨਾਂ ਨੇ ਉਦੋਂ ਹੀ ਉੱਠ ਕੇ ਚੌਥੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਪੈਰੀ ਪਾਏ ਜੀ। ਉਦੋਂ ਫਿਰ ਗੁਰੂ ਅਮਰਦਾਸ ਜੀ ਨੇ ਬਚਨ ਕਿਹਾ ਸੀ, ਕਹਿੰਦੇ ਮੋਹਨ ਤੇਰੇ ਅੰਦਰ ਅਹੰਕਾਰ ਦਾ ਬੜਾ ਫਰੇਮਾ, ਕਹਿੰਦੇ ਉਦੋਂ ਹੀ ਫਰੇਮਾ ਹੋ ਗਿਆ। ਸਾਧ ਸੰਗਤ ਜੀ ਕਹਿਣ ਲੱਗੇ, ਮਹਾਰਾਜ ਜਦੋਂ ਜੋਤੀ ਜੋਤ ਸਮਾਉਣ ਲੱਗੇ, ਮੇਰਾ ਫਰੇਮੇ ਦਾ ਰੋਗ ਕਦੋਂ ਦੂਰ ਹੋਏਗਾ? ਕਹਿੰਦੇ ਜਦੋਂ ਇਹਨਾਂ ਦੇ ਸਾਹਿਬਜ਼ਾਦੇ ਦੇ ਚਰਨ ਫੜੇਗਾ, ਮੱਥਾ ਟੇਕੇਗਾ, ਉਦੋਂ ਤੇਰਾ ਦੂਰ ਹੋ। ਇਹ ਬਚਨ ਵੀ ਨਾਲ ਕੀਤੇ ਸੀ। ਕਹਿੰਦੇ ਬੜਾ ਵਿਗਾੜ ਪਾਇਆ ਮੈਂ, ਉਦੋਂ ਬਚਨ ਨਹੀਂ ਮੰਨੇ ਆਪਣੇ ਪਿਤਾ ਦੇ, ਹੁਣ ਯੋਗ ਨਹੀਂ ਬਣਦਾ ਕਿ ਹੁਣ ਮੈਂ ਅੱਗੇ ਹੋਰ ਵਿਗਾੜ ਪਾਵਾਂ, ਅੱਗੇ ਹੋਰ ਵੈਰ ਵਧਾਵਾਂ। ਸੁਧਾਰਨ ਹੋਏ ਸੁਖ ਸ਼ਾਂਤੀ, ਪਹਿਲਾਂ ਜੋ ਮੇਰੇ ਤੋਂ ਗਲਤੀ ਹੋਈ, ਗੁਨਾਹ ਹੋਇਆ, ਉਸ
ਸੰਭਾਲ ਲਵਾਂ ਤੇ ਮੇਰੇ ਹਿਰਦੇ ਦੇ ਅੰਦਰ ਸ਼ਾਂਤੀ ਅਤੇ ਸੁਖ ਵਰਤ ਜਾਵੇ। ਜਦ ਮੈਂ ਨਿੰਦਾ ਪੂਰਬ ਲਈ, ਮੈਂ ਤਾਂ ਪਹਿਲੇ ਲੋਕਾਂ ਵਿੱਚ ਆਪਣੀ ਨਿੰਦਾ ਕਰਾ ਕੇ ਬੈਠ ਗਿਆ, ਅਬ ਸੁਤਰੈ ਗੁਰਬਾਨੀ ਦਈ। ਹੁਣ ਸਤਿਗੁਰੂ ਜੀ ਦੀ ਬਾਣੀ ਦੀਆਂ ਪੋਥੀਆਂ ਦੇਣ ਕਰਕੇ ਨਾ, ਇਹ ਖਜ਼ਾਨਾ ਦੇਣ ਕਰਕੇ ਮੇਰਾ ਜੋ ਵਿਗਾੜ ਪਿਆ ਉਹ ਠੀਕ ਹੋ ਜਾਏਗਾ, ਸੁਧਰ ਜਾਏਗਾ। ਵਿਚਾਰ ਕਰ ਲੈ ਕਰ ਪੋਥੀ, ਜੋ ਵਿਚਾਰ ਕਰਕੇ ਆਪਣੇ ਹੱਥਾਂ ਵਿੱਚ ਪੋਥੀਆਂ ਲਈਆਂ ਸਤਿਗੁਰਾਂ ਦੀ ਬਾਣੀ ਦੀਆਂ ਲਿਖਾਈਆਂ ਹੋਈਆਂ, ਪ੍ਰੇਮ ਤੇ ਪੋਥੀ ਸਾਧ ਸੰਗਤ ਜੀ, ਜਿਹੜੀ ਪ੍ਰੇਮ ਤੋਂ ਹੀਣੀ ਬੁੱਧੀ ਸੀ ਨਾ, ਪ੍ਰੇਮ ਤੋਂ ਹੀਣੀ ਖਾਲੀ ਸੀ ਬੁੱਧੀ, ਉਹ ਮਤੀ ਤਿਆਗ ਦਿੱਤੀ। ਪ੍ਰੇਮ ਤੋਂ ਹੀਣੀ ਜਿਹੜੀ ਮਤ ਸੀ ਨਾ, ਉਸ ਦਾ ਤਿਆਗ ਕਰ ਦਿੱਤਾ। ਬਾਹਰ ਆਏ ਬਾਬਾ ਮੋਹਨ ਜੀ, ਸ਼੍ਰੀ ਅਰਜਨ ਕੋ ਤਬ ਦਰਸਾਇਓ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕੀਤੇ। ਸ਼ਤਰ ਗੁਰੂ ਕੀ ਜੋਤ ਕਿਰਪਾਲਾ, ਉਸ ਵਕਤ ਦਰਸ਼ਨ ਕਰਕੇ ਵੇਖਿਆ ਕਿ ਚਾਰੇ ਗੁਰੂਆਂ ਦੀ ਜੋ ਕਿਰਪਾਲੂ ਕਿਰਪਾ ਦੇ ਘਰ ਵਾਲੀ ਜੋਤ ਹੈ, ਵਾਹਿਗੁਰੂ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਸ ਰਹੀ ਹੈ, ਪ੍ਰਤੱਖ ਦਿਸ ਰਹੀ ਹੈ। ਪ੍ਰਸੰਨ ਦੇਖ ਕੇ ਗੁਰੂ ਅਰਜਨ ਦੇਵ ਜੀ ਦਾ ਸਰੂਪ ਬੜੇ ਪ੍ਰਸੰਨ ਹੋਏ, ਸ਼੍ਰੀ ਅਰਜਨ ਤੁਮ ਧੰਨ, ਉਹਦੇ ਕਿਹਾ ਹੈ ਗੁਰੂ ਅਰਜਨ ਦੇਵ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਸਤਿਗੁਰ ਦੇਖਿਓ ਮੋਹਨ ਆਇਓ, ਸਤਿਗੁਰਾਂ ਨੇ ਦੇਖਿਆ ਬਾਬਾ ਮੋਹਨ ਜੀ ਆਏ ਹੈ। ਬੀਜੋ ਪਦ ਸ਼ਬਦ ਅਲਾਇਓ, ਫਿਰ ਇਹ ਸ਼ਬਦ ਦੀ ਤੀਜੀ ਪੌੜੀ ਆਪਣੇ ਮੁਖਾਰ ਬਿੰਦ ਤੋਂ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ। ਸ਼੍ਰੀ ਮੁਖਵਾਕ ਮੋਹਨ ਤੁਧ ਸਤ ਸੰਗਤ ਧਿਆਵੇ, ਮੋਹਨ ਪਿਆਰੇ ਪਰਮੇਸ਼ਰ ਤੈਨੂੰ ਸਤ ਸੰਗਤ ਧਿਆਉਂਦੀ ਆ, ਅਸੀਂ ਵੀ ਧਿਆਉਂਦੇ ਹਾਂ ਬਾਬਾ ਮੋਹਨ ਜੀ ਗੁਰੂ ਕਾ ਪੁੱਤਰ ਜਾਣ ਕੇ। ਪਿਆਰੇ ਪਰਮੇਸ਼ਰ ਤੇਰੇ ਦਰਸ਼ਨਾਂ ਦੇ ਧਿਆਨ ਵਿੱਚ ਮਨ ਜੁੜਿਆ, ਸਾਡਾ ਤੁਹਾਡੇ ਵੀ ਦਰਸ਼ਨਾਂ ਵਿੱਚ ਮਨ ਜੁੜਿਆ ਹੋਇਆ ਸੀ। ਮੋਹਨ ਜਮ ਨੇੜ ਨਾ ਆਵੇ, ਉਹਨਾਂ ਦੇ ਨੇੜੇ ਜਮ ਨੇੜੇ ਨਹੀਂ ਆ ਸਕਦਾ ਜਿਨ੍ਹਾਂ ਨੇ ਪਿਆਰੇ ਵਾਹਿਗੁਰੂ ਦੇ ਨਾਲ ਮਨ ਜੋੜ ਲਿਆ। ਜਪ ਨਿਦਾਨ ਅੰਤ ਤੱਕ ਜਿਹੜੇ ਤੇਰੇ ਨਾਮ ਨੂੰ ਜਪਦੇ ਆ, ਜਮ ਕਾਲ ਦਿਨ ਕਾਲ ਲੱਗਾ ਨਾਹੀਂ, ਜਮ ਰਾਜੇ ਦੇ ਕਾਲ ਦੂਤ ਉਹਨਾਂ ਦੇ ਨੇੜੇ ਨਹੀਂ ਆਉਂਦੇ। ਇੱਕ ਮਨ ਧਿਆਵੇ, ਇੱਕ ਮਨ ਹੋ ਕੇ ਬਾਬਾ ਮੋਹਨ ਜੀ ਤੇਰੇ ਵਾਂਗੂ ਵਾਹਿਗੁਰੂ ਨੂੰ ਧਿਆਉਂਦੇ ਆ। ਵਚਨਾ ਕਰਕੇ ਕਰਮਾਂ ਕਰਕੇ ਜਿਨ੍ਹਾਂ ਨੇ ਤੈਨੂੰ ਅਰਾਧਿਆ ਚਿੱਤੇ ਕੀਤਾ ਹੈ, ਸਾਰੇ ਫਲ ਪ੍ਰਾਪਤ ਕਰ ਲੈਂਦੇ ਆ। ਤੁਹਾਡੀ ਸੇਵਾ ਕਰਕੇ ਵੀ ਸਾਰੇ ਫਲ ਮਿਲਦੇ ਆ। ਮੂੜ ਮੂੜ ਜੇ ਮੁਗਧ ਹੋਤੇ, ਜਿਹੜੇ ਮੈਲ ਦੇ ਭਰੇ ਹੋਏ ਸਨ, ਅਪਵਿੱਤਰ ਸਨ, ਮੂਰਖ ਸਨ, ਮੁਗਧ ਤੋਂ ਵੀ ਮੁਗਧ ਮਹਾਂਮੂਰਖ ਸਨ, ਉਹਨਾਂ ਨੇ ਤੁਹਾਡੇ ਦਰਸ਼ਨ ਕਰਕੇ ਗਿਆਨ ਦੀ ਪ੍ਰਾਪਤੀ ਕਰ ਲਈ ਸੱਚੇ ਪਾਤਸ਼ਾਹ ਵਾਹਿਗੁਰੂ ਜੀ। ਬੰਤ ਨਾਨਕ ਰਾਮ ਨੇ ਚਲ, ਹੇ ਰਾਮ ਰਮੇ ਪਰਮੇਸ਼ਰ ਵਾਹਿਗੁਰੂ ਤੇਰੇ ਚਰਨਾਂ ਚ ਬੇਨਤੀ ਹੈ, ਤੂੰ ਅਚਲ ਰਹਿਣ ਵਾਲਾ ਹੈ। ਪੂਰਨ ਪੁਰਖ ਭਗਵਾਨ, ਪੂਰਨ ਪੂਰਾ ਪੁਰਖ ਭਗਵਾਨ ਸਰੂਪ ਹੈ, ਸਾਰਿਆਂ ਨੂੰ ਭਗਵਾਨ ਸਾਰਿਆਂ ਨੂੰ ਸੁਖ ਦੇਣ ਵਾਲਾ ਹੈ, ਹੇ ਸੱਚੇ ਪਾਤਸ਼ਾਹ। ਸੁਨਤ ਗਾਏ ਗੋ ਪ੍ਰੇਮ ਸਮੇਤਾ, ਇਹੋ ਸਾਧ ਸੰਗਤ ਜੀ ਤੀਜੀ
ਪੌੜੀ ਬੜੇ ਪ੍ਰੇਮ ਨਾਲ ਕੀਰਤਨ ਕੀਤਾ। ਮਾਦਰਾ ਨਿਕੇਤਾ ਔਰ ਕਾਲਾ ਦੇ ਵਿੱਚ ਤੇ ਮਾਦਰਾ ਮਿਠਾਸ ਦੇ ਰਸ ਵਿੱਚ ਭਿੱਜ ਕੇ ਸਤਿਗੁਰਾਂ ਨੇ ਸ਼ਬਦ ਗਾਇਆ। ਜਾਵਤ ਰੁਕਿਓ ਕੰਠ ਜਲ ਨੈਣਾ, ਕੀਰਤਨ ਕਰਦਿਆਂ ਕਰਦਿਆਂ ਦਾ ਨਾ ਵਿਰਾਗ ਵਿੱਚ ਕੰਠ ਰੁਕ ਗਿਆ, ਬਾਣੀ ਨੀ ਬੋਲਦੀ ਅੱਗੇ ਔਰ ਨੇਤਰਾਂ ਵਿੱਚ ਜਲ ਭਰ ਗਿਆ। ਪ੍ਰੇਮ ਤੇ ਗਦ ਗਦ ਬੈਨ, ਪ੍ਰੇਮ ਨਾਲ ਗਦ ਗਦ ਬੈਨ, ਬਚਨ ਰੁਕ ਗਏ, ਕੰਠ ਰੁਕ ਗਿਆ ਹੈ, ਬਾਣੀ ਗਦ ਗਦ ਹੋ ਗਈ। ਮੋਹਨ ਦੇਖ ਦਸ਼ਾ ਇਸ ਭਾਂਤੀ, ਭਾਈ ਮੋਹਨ ਜੀ ਨੇ ਐਸੀ ਦਸ਼ਾ ਵੈਰਾਗ ਵਾਲੀ ਦੇਖੀ ਜਦੋਂ ਸਤਿਗੁਰਾਂ ਦੀ ਭਗਨੀ ਸੁਖ ਤੇ ਲੈ ਸੁਖ ਛਾਤੀ, ਇਹ ਭਗਨੀ ਭੈਣ ਦੇ ਪੁੱਤਰ ਕੋਲੋਂ, ਮਾਤਾ ਭਾਨੀ ਜੀ ਬਾਬਾ ਮੋਹਨ ਜੀ ਦੇ ਭੈਣ ਲੱਗਦੇ ਸਨ ਨਾ, ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮਹਿਲ, ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ ਜੀ, ਕਹਿੰਦੇ ਭੈਣ ਦੇ ਪੁੱਤਰ ਤੋਂ ਆਪਣੇ ਹਿਰਦੇ ਵਿੱਚ ਸੁੱਖ ਸਰੂਪ ਅਤੇ ਸ਼ਾਂਤੀ, ਸੀਤਲ ਸ਼ਾਂਤੀ, ਛਾਤੀ ਦੇ ਵਿੱਚ ਠੰਡਕ ਪ੍ਰਾਪਤ ਕਰੀਏ। ਪ੍ਰਸੰਨ ਮੋਹਨ ਮਨ ਭਾਈਓ, ਭਾਈ ਮੋਹਨ ਦਾ ਮਨ ਬਹੁਤ ਹੀ ਪ੍ਰਸੰਨ ਹੋਇਆ। ਸ਼ਬਦ ਬ੍ਰਿੰਦ ਆ ਕੇ ਧਰ ਦਈਓ, ਆਖੋ ਸੰਗਤ ਜੀ ਵਾਹਿਗੁਰੂ, ਸਾਰੀਆਂ ਪੋਥੀਆਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੱਗੇ ਰੱਖ ਦਿੱਤੀਆਂ ਆਦਮ ਸਤਿਕਾਰ ਨਾਲ, ਚਰਨਾਂ ਉੱਤੇ ਸਾਧ ਸੰਗਤ ਜੀ ਸਿਰ ਰੱਖਤਾ ਗੁਰੂ ਅਰਜਨ ਦੇਵ ਜੀ ਦੇ, ਜਿਹੜਾ ਚੌਥਿਆਂ ਦੇ ਵੀ ਨਹੀਂ ਰੱਖਿਆ ਸੀ, ਤੀਜਿਆਂ ਦੇ ਵੀ ਨਹੀਂ ਰੱਖਿਆ ਸੀ, ਅੱਜ ਪੰਜਵਿਆਂ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਦਿੱਤਾ। ਨਹੀਂ ਉਠਾਵਨ ਕੋ ਪੁਨ ਕਰਿਓ, ਆਖੋ ਭਾਈ ਵਾਹਿਗੁਰੂ, ਮੁੜ ਫਿਰ ਚਰਨਾਂ ਤੋਂ ਸਿਰ ਨਹੀਂ ਚੁੱਕਿਆ ਬਾਬਾ ਮੋਹਨ ਜੀ ਨੇ। ਆਪਣ ਕਰੂਰਤਾ ਚਾਹ ਬਖਸ਼ਾਵਨ, ਜੋ ਕੌੜਾ ਸੁਭਾਅ ਸੀ, ਜੋ ਕੌੜੇ ਬਚਨ ਬੋਲੇ ਸਨ ਤੀਜਿਆਂ ਤੋਂ ਲੈ ਕੇ ਹੁਣ ਤੱਕ, ਉਹ ਸਾਰੇ ਬਖਸ਼ਾਉਣਾ ਚਾਹੁੰਦੇ ਆ। ਆਖਾ ਪਾਸ਼ਾ ਕੀਨ ਅਭਾਵਨ, ਜੋ ਅੱਗੇ ਪਿੱਛੇ ਹੋਏ ਉਹ ਸਾਰਿਆਂ ਤੋਂ ਰਹਿਤ ਹੋਣਾ ਚਾਹੁੰਦੇ ਆ। ਸ਼੍ਰੀ ਅਰਜਨ ਅਵਲੋਕਨ ਕੀਨਾ, ਅੱਗੇ ਪਿੱਛੇ ਦਾ ਮਤਲਬ ਹੁੰਦਾ ਸਾਹਮਣੇ ਵੀ ਕਠੋਰ ਬਚਨ ਗਏ, ਪਿੱਛੇ ਵੀ ਕਠੋਰ ਗਏ, ਉਹ ਸਾਰੀਆਂ ਵਗਿਆਵਾਂ ਨੂੰ ਬਿਛਾਉਣਾ ਬਖਸ਼ਾਉਣਾ ਕੀਤਾ। ਉਹ ਧੰਨ ਗੁਰੂ ਅਰਜਨ ਦੇਵ ਜੀ ਅੱਗੇ ਜਦੋਂ ਬੇਨਤੀ ਕੀਤੀ, ਸਤਿਗੁਰਾਂ ਨੇ ਵੇਖਿਆ ਨਿਰਹੰਕਾਰ ਸੋ ਨਮਰ ਅਧੀਨਾ, ਨਿਮਰਤਾ ਦੇ ਵਿੱਚ ਆ ਗਏ ਬਾਬਾ ਮੋਹਨ ਜੀ, ਹੰਕਾਰ ਤੋਂ ਰਹਿਤ ਹੋ ਕੇ ਸਤਿਗੁਰਾਂ ਦਾ ਹਿਰਦਾ ਵੀ ਢਲ ਗਿਆ। ਬਾਪ ਅਨੁਚਿਤ ਨਾ ਕਰੀਏ, ਬਚਨ ਕੀ ਕੀਤਾ, ਕਹਿੰਦੇ ਅਜੋਕ ਗੱਲ ਨਾ ਕਰੋ, ਤੁਹਾਡਾ ਇਸ ਤਰ੍ਹਾਂ ਕਹਿਣਾ ਤੇ ਕਰਨਾ ਨਹੀਂ ਬਣਦਾ, ਵੱਡੇ ਹੋ ਸਾਡੀ ਮਾਂ ਦੇ ਵੱਡੇ ਭਰਾਤਾ ਹੋ ਤੁਸੀਂ, ਮਾਤਾ ਦੇ ਰੱਬ ਤੋਂ ਮਾਤਲ ਸੁਖਦਾਤਾ, ਸੁਖ ਦੇਣ ਵਾਲੇ ਮੇਰੇ ਮਾਮਾ ਜੀ ਲੱਗਦੇ ਹੋ। ਪਿਤਾ ਤੁਮਾਰੋ ਗੁਰ ਗੰਭੀਰ, ਤੁਹਾਡੇ ਪਿਤਾ ਜੀ ਬੜੇ ਗੰਭੀਰ ਸਤਿਗੁਰੂ ਸਨ, ਸੇਵਕ ਦੀ ਕਾਟਕ ਪੀਰ, ਆਪਣੇ ਸੇਵਕਾਂ ਦੇ ਦੁੱਖਾਂ ਨੂੰ ਉਹਨਾਂ ਨੇ ਕੱਟਿਆ, ਕੇ ਨੰਦਨ ਤੁਮ ਪਟ ਭਾਗੇ, ਬੜੇ ਭਾਗਾਂ ਵਾਲੇ ਉਹਨਾਂ ਦੇ ਸਾਹਿਬ ਜਾਂਦੇ ਹੋ। ਯੋਗ ਵਿਰਾਗ ਗਿਆਨ ਅਨੁਰਾਗੇ, ਯੋਗ ਦੇ ਵਿਰਾਗ ਦੇ ਗਿਆਨ ਦੇ ਇਹਨਾਂ ਸਾਰਿਆਂ ਸ਼ੁਭ ਗੁਣਾਂ ਦੇ ਮਾਲਕ ਹੋ ਤੁਸੀਂ। ਯੋਗ ਵੀ ਛੇ ਛੇ ਮਹੀਨੇ ਸਮਾਧੀ ਨਹੀਂ ਖੁੱਲਦੀ ਸੀ, ਵਿਰਾਗ ਦੇ ਸਹਿਤ ਰਹਿੰਦੇ ਸਨ, ਗਿਆਨ ਦੇ ਔਰ ਮੋਹ ਮਮਤਾ ਤੋਂ ਰਹਿਤ ਸਨ।
ਸਨ ਐਸੀ ਅਵਸਥਾ ਦੇ ਮਾਲਕ ਸੀ ਬਾਬਾ ਜੀ। ਨਮ ਉਚਿਤ ਜਾਤੇ ਨਮ ਜਾਣੇ, ਸਾਡਾ ਫਰਜ਼ ਬਣਦਾ ਤੁਹਾਨੂੰ ਨਮਸਕਾਰ ਕਰਨੀ। ਵਿਸ਼ੇ ਵਾਸਨਾ ਮਨ ਤੇ ਹਾਨੇ, ਆਖੋ ਸੰਤ ਜੀ ਵਾਹਿਗੁਰੂ। ਕਹਿੰਦੇ ਤੁਹਾਡੇ ਮਨ ਵਿੱਚੋਂ ਵਿਸ਼ੇ ਵਾਸਨਾ ਨਾਸ ਹੋ ਚੁੱਕੀ ਹੈ, ਸਮਾਧੀਆਂ ਲਾ ਕੇ ਸੇਵਾ ਭਜਨ ਤਪੱਸਿਆ ਕਰ ਕਰਕੇ ਮਤਲਬ ਸੰਬੰਧ ਵਿਚਾਰੇ, ਇਹ ਮਾਮੇ ਵਾਲਾ ਸੰਬੰਧ ਵੀ ਵਿਚਾਰਦੇ ਹੋ। ਬੰਧਨ ਠਾਣੇ ਉਚਿਤ ਹਮਾਰੇ, ਮੈਂ ਭਾਂਡਾ ਲੱਗਦਾ ਛੋਟਾ, ਤੁਹਾਨੂੰ ਮੱਥਾ ਟੇਕਣਾ ਮੇਰਾ ਬਣਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਆਖਣ ਲੱਗੇ, ਅਨੁਚਿਤ ਨਹੀਂ ਕਰੀ ਕਰੀ ਹੈ, ਜੋ ਗੱਲ ਨਾ ਕਰੋ ਮੇਰੇ ਸਾਡੇ ਚਰਨਾਂ ਵਿੱਚ ਨਾ ਮੱਥਾ ਟੇਕੋ। ਸਾਡੀ ਨਮਸਕਾਰ ਤੁਸੀਂ ਪ੍ਰਵਾਨ ਕਰੋ। ਸੁਣ ਗੁਰ ਨੰਦਨ ਮੋਹਨ ਕਾਨਾ, ਬਾਬਾ ਮੋਹਨ ਜੀ ਨੇ ਜਦੋਂ ਸਤਿਗੁਰਾਂ ਦੇ ਬਚਨ ਸੁਣੇ, ਨਮਰਤਾ ਬਾਕ ਬਖਾਨਾ, ਨਮਰਤਾ ਧਾਰ ਕੇ ਬਚਨ ਕੀਤਾ ਅੱਗੋ। ਸ਼੍ਰੀ ਗੁਰੂ ਅਰਜਨ ਦੇਵ ਜੀ, ਤੁਸੀਂ ਮੇਰੀ ਭੈਣ ਦੇ ਪੁੱਤਰ ਹੋ, ਚਰਨ ਕਮਲ ਅਬ ਤੇਰੇ, ਪਰ ਤੇਰੇ ਚਰਨ ਕਮਲ ਮੈਂ ਹੁਣ ਸਪਰਸ਼ ਕਰਨੇ ਹੀ ਕਰਨੇ ਆ। ਭਾਵੇਂ ਮੇਰੇ ਭੈਣ ਦੇ ਪੁੱਤਰ ਹੋ ਤੁਸੀਂ, ਮੇਰੇ ਤੋਂ ਬੜੀ ਪਹਿਲਾਂ ਭੁੱਲ ਹੋਈ ਸੀ ਅਵਗਿਆ, ਮੈਨੂੰ ਸੁਖੀ ਕਰ ਦਿਓ, ਉਸ ਨੂੰ ਅਵਗਿਆ ਦੀ ਮੈਨੂੰ ਖਿਮਾ ਕਰ ਦਿਓ। ਸਮਾਂ ਉਡੀਕਦੇ ਆ ਗਿਆ, ਕਿਰਪਾ ਕਰੋ ਦੁੱਖ ਬਨ ਤੁਮ ਦਾਵਾ। ਜਿਹੜਾ ਮੇਰੇ ਹਿਰਦੇ ਵਿੱਚ ਦੁੱਖਾਂ ਦੀ ਅੱਗ ਲੱਗੀ ਹੋਈ ਸੀ ਨਾ, ਭਾਵ ਮੇਰੇ ਮਨ ਵਿੱਚ ਈਰਖਾ ਦਾ ਭਾਵ ਆ ਗਿਆ ਸੀ, ਉਹ ਦੂਰ ਕਰ ਦਿਓ। ਇਸ ਪ੍ਰਕਾਰ ਮੋਹਨ ਜਬੈ, ਜਦੋਂ ਇਸ ਤਰ੍ਹਾਂ ਬਾਬਾ ਮੋਹਨ ਜੀ ਨੇ ਗਿਰਾ ਮਨ ਨੀਵ ਨੀਵਾ ਕਰਕੇ ਬੇਨਤੀ ਕੀਤੀ ਸਤਿਗੁਰਾਂ ਅੱਗੇ, ਸੁਣਨ ਹਿੱਤ ਬੂਝਿਓ, ਸਾਰਿਆਂ ਨੇ ਸੁਣਨ ਵਾਸਤੇ ਪੁੱਛਿਆ। ਸ੍ਰੀ ਅਰਜਨ ਸੁਖ ਸੀਵ, ਸਾਰੇ ਸੁਖਾਂ ਦਾ ਹੱਦ, ਸੁਖਾਂ ਦੇ ਘਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪੁੱਛਿਆ ਕਿ ਮਹਾਰਾਜ ਇਹ ਬਚਨ ਕੀ ਹੋਏ ਸਨ। ਉਹ ਫਿਰ ਜੋ ਪਹਿਲਾਂ ਬਚਨ ਆ ਗਏ ਵੀ ਚੌਥੇ ਪਾਤਸ਼ਾਹ ਜੀ ਨੂੰ ਮੱਥਾ ਨਹੀਂ ਟੇਕਿਆ ਸੀ, ਤਾਂ ਗੁਰੂ ਅਮਰਦਾਸ ਜੀ ਨੇ ਬਚਨ ਕੀਤੇ ਸਨ, ਉਹ ਸੰਗਤਾਂ ਨੂੰ ਸਾਰੇ ਬਚਨ ਸਤਿਗੁਰਾਂ ਨੇ ਸਰਵਨ ਕਰਵਾਏ, ਅੱਗੋਂ ਫਿਰ ਪੋਥੀਆਂ ਪਾਲਕੀ ਸਾਹਿਬ ਵਿੱਚ ਸੁਭਾਏਮਾਨ ਕਰਕੇ ਨੰਗੇ ਚਰਨੀ ਚੌੜ ਕਰਦੇ ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਲੈ ਕੇ ਆਏ। ਸਾਧ ਸੰਗਤ ਜੀ ਸਮਾਂ ਸੰਪੂਰਨ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ, ਉਹ ਜਿਹੜਾ ਨਿੰਦਾ ਉਹ ਸਤੁਤੀ ਵਿਆਜ ਜਿਹੜਾ ਹੁੰਦਾ ਨਾ, ਸਤੁਤੀ ਨਿੰਦਾ ਵਿਆਜ, ਇਹਦੇ ਅੰਤਰੀਬ ਬਹੁਤ ਭਾਵ ਸਨ, ਪਰ ਸਮਾਂ ਸੰਖੇਪ ਹੋਣ ਕਰਕੇ ਦਾਸ ਨਹੀਂ ਬੇਨਤੀ ਕਰ ਸਕਿਆ ਖਿਮਾ ਕਰਨੀ, ਕਿਉਂਕਿ ਪ੍ਰਸੰਗ ਪੂਰਾ ਕਰਨਾ ਸੀ। ਇਸ ਨੂੰ ਤੁਸੀਂ ਇਸ ਤਰ੍ਹਾਂ ਹੀ ਲਾਉਣਾ ਕਿ ਜਿਹੜੇ ਸਤਿਗੁਰੂ ਜੀ ਨੂੰ ਉਹਨਾਂ ਨੇ ਕਬੋਲ ਬੋਲੇ ਨਾ, ਜੇ ਉਹਨਾਂ ਨੂੰ ਦੂਜੇ ਬੰਨਿਓ ਲਾ ਲਈਏ ਤਾਂ ਉਹ ਸਤਿਗੁਰੂ ਜੀ ਦੀ ਉਸਤਤ ਕੀਤੀ ਹੈ, ਮਹਿਮਾ ਕੀਤੀ ਹੈ। ਬਸ ਇਹਦਾ ਭਾਵ ਇਹੀ ਸਮਝਣਾ ਕਿ ਤੁਸੀਂ ਜੋ ਜੋ ਬਚਨ ਹੈ, ਜਿਵੇਂ ਇੱਕ ਬੰਦਗੀ ਦੇ ਤੌਰ 'ਤੇ ਮੈਂ ਬੇਨਤੀ ਕਰਦੇ ਹਾਂ, ਨਿਰਗੁਣ ਬੀਨ ਔਲਾਦ ਨਿਸ਼ੰਕ ਸਮਾਇਆ, ਇਹ ਮਹਾਰਾਜ ਇਹਨੂੰ ਦੂਜੇ ਤਰ੍ਹਾਂ ਲਾ ਦਿਓ ਕਿ ਮਹਾਰਾਜ ਜਿਹੜੇ ਨਿਰਗੁਣ ਗੁਣਾਂ ਤੋਂ ਰਹਿਤ ਹੈ ਨਾ, ਉਹਨਾਂ ਨੂੰ ਸਾਰੇ ਗੁਣ ਦੇਣ ਵਾਲੇ ਆ, ਔਰ ਤੁਸੀਂ ਸੱਚੇ ਪਾਤਸ਼ਾਹ ਸਾਰੇ ਦੁੱਖਾਂ ਤੋਂ
ਔਰ ਸਾਰੇ ਤਰ੍ਹਾਂ ਦੇ ਡਰਾਂ ਤੋਂ ਰਹਿਤ ਕਰ ਦੇਣ ਵਾਲੇ ਹੋ। ਜਿਵੇਂ ਤੁਹਾਡੇ ਦਰ ਦੀ ਸ਼ਰਣ ਲੈ ਲਈ, ਆਪਣੇ ਚਰਨਾਂ ਦੇ ਵਿੱਚ ਪਏ ਦੀ ਲੱਗਿਆ ਲੋਕ ਪ੍ਰਲੋਕ ਵਿੱਚ ਰੱਖਦੇ ਹੋ, ਇਸ ਤਰ੍ਹਾਂ ਸਾਧ ਸੰਗਤ ਜੀ ਦਾ ਦੂਸਰਾ ਭਾਵ ਲਾ ਲਈਏ ਤਾਂ ਅੰਤਰੀਬ ਤੌਰ 'ਤੇ ਬਾਬਾ ਜੀ ਨੇ ਸਤਿਗੁਰਾਂ ਦੀ ਉਹ ਮਹਿਮਾ ਹੀ ਕੀਤੀ ਹੈ। ਪਰ ਉਸ ਮਹਿਮਾ ਨੂੰ ਸਿੱਖ ਨਹੀਂ ਸਮਝੇ, ਬਾਬਾ ਮੋਹਨ ਜੀ ਅਤੇ ਗੁਰੂ ਅਰਜਨ ਦੇਵ ਜੀ ਸਮਝਦੇ ਹਨ। ਸੋ ਸਮਾਂ ਨਹੀਂ ਅੱਗੇ ਜਾਣ ਦੀ ਆਗਿਆ ਦਿੰਦਾ, ਸਾਰੀਆਂ ਸੰਗਤਾਂ ਨੇ ਤੁਸੀਂ ਭਾਈ ਤਨ ਮਨ ਧਨ ਕਰਕੇ ਇੱਕ ਮਹੀਨਾ ਲਗਾਤਾਰ ਜਥੇ ਸੰਗਤ ਦੀ ਬੜੀ ਭਾਰੀ ਸੇਵਾ ਕੀਤੀ ਹੈ। ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਦਾਸ ਤੋਂ ਜਥੇ ਦੇ ਸਿੰਘਾਂ ਤੋਂ ਤੁਹਾਡੇ ਕੋਲ ਵਿਚਰਦਿਆਂ ਕਿਸੇ ਵੀ ਤਰ੍ਹਾਂ ਦੀ ਕੋਈ ਅਵੱਗਿਆ ਹੋਈ, ਖੁਨਾਮੀ ਹੋਈ, ਗੁਰੂ ਕੀ ਸੰਗਤ ਨੇ ਤੁਸੀਂ ਅਣਜਾਣ ਬੱਚੇ ਸੇਵਕ ਜਾਣ ਕੇ ਖਿਮਾ ਕਰਨੀ, ਇਸੇ ਤਰ੍ਹਾਂ ਕਿਰਪਾ ਦਾ ਹੱਥ ਆਪ ਸੰਗਤ ਨੇ ਬਣਾ ਕੇ ਰੱਖਣਾ। ਸੰਗਤ ਜੀ ਜਿਨ੍ਹਾਂ ਮਹਾਂਪੁਰਖਾਂ ਨੇ ਇਸ ਅਸਥਾਨ 'ਤੇ ਆ ਕੇ ਗੁਰਮਤਿ ਦੇ ਪ੍ਰਵਾਹ ਚਲਾਏ, ਉਹਨਾਂ ਸਤਿਪੁਰਸ਼ਾਂ ਦਾ 50 ਸਾਲਾ ਸੱਠਖੰਡ ਦਿਹਾੜਾ 27, 28, 29 ਜੂਨ ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਨਾਇਆ ਜਾ ਰਿਹਾ। 27 ਦੀ ਰਾਤ ਨੂੰ ਕਵੀ ਦਰਬਾਰ, 28 ਨੂੰ ਢਾਡੀ ਦਰਬਾਰ, 29 ਨੂੰ ਮੁੱਖ ਸਮਾਗਮ ਹੋਏਗਾ ਸ਼ਨੀਵਾਰ ਨੂੰ। ਉਹਦੇ ਵਿੱਚ ਇਸ ਇਲਾਕੇ ਦੀ ਸੰਗਤ ਨੇ ਭਾਈ ਤੁਸੀਂ ਹੁੰਮ ਹੁਮਾ ਕੇ ਜ਼ਰੂਰ ਆਉਣਾ, ਔਰ ਪ੍ਰਬੰਧਕ ਸਿੰਘ ਸਾਰੀ ਸੰਗਤ ਨੂੰ ਲਿਆਉਣ ਦਾ ਇੰਤਜ਼ਾਮ ਜ਼ਰੂਰ ਕਰਨ। ਮਹਾਂਪੁਰਖਾਂ ਦਾ 50 ਸਾਲਾ ਸੱਠਖੰਡ ਗਮਨ ਦਿਹਾੜਾ ਆਪਾਂ ਉਹਨਾਂ ਦੇ ਸੱਠਖੰਡ ਗਮਨ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਨਾਉਣਾ ਹੈ। 22, 23, 24, 25 ਅਕਤੂਬਰ ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਦਾ 50 ਸਾਲਾ ਸਥਾਪਨਾ ਦਿਵਸ ਅਰਧ ਸ਼ਤਾਬਦੀ ਉਹ ਵੀ ਉੱਥੇ ਮਨਾਉਣੀ ਆ। ਉਹਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਹੁੰਮ ਹੁਮਾ ਕੇ ਦਰਸ਼ਨ ਦੇਣੇ ਆ, ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵੀ 550 ਸਾਲਾ 12 ਨਵੰਬਰ ਨੂੰ ਆ ਰਿਹਾ, ਉਹਦੇ ਵਿੱਚ ਵੀ ਵੱਧ ਚੜ੍ਹ ਕੇ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ। ਇਤਨੀ ਬੇਨਤੀ ਪ੍ਰਵਾਨ ਕਰਨੀ, ਭੁੱਲਾਂ ਚੁੱਪਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਫਿਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਸਾਰੇ ਪ੍ਰਬੰਧਕ ਸਿੰਘਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ। ਪ੍ਰਧਾਨ ਭਾਈ ਅਮਰੀਕ ਸਿੰਘ ਜੀ, ਭਾਈ ਤਰਲੋਚਨ ਸਿੰਘ ਜੀ, ਬਾਬਾ ਸ਼ੇਰ ਸਿੰਘ ਜੀ ਦਾ ਪਰਿਵਾਰ, ਸਰਦਾਰ ਬਾਦੂ ਸਿੰਘ ਜੀ ਦਾ ਪਰਿਵਾਰ, ਜਿੰਨੇ ਵੀ ਭਾਈ ਸਾਰੇ ਪਰਿਵਾਰ ਸੇਵਾ ਵਿੱਚ ਲੱਗੇ ਹੈ, ਪ੍ਰਬੰਧਕ ਦੇ ਤੌਰ 'ਤੇ ਮੈਂ ਸਭ ਦਾ ਹੀ ਰੋਮ ਰੋਮ ਕਰਕੇ ਧੰਨਵਾਦ ਕਰਦਾ। ਜਥੇ ਦੇ ਸਿੰਘਾਂ ਦਾ ਵੀ ਜਿਨ੍ਹਾਂ ਨੇ ਪਾਠਾਂ ਦੀ ਸੇਵਾ ਨਿਭਾਈ, ਰਾਗੀ ਸਿੰਘਾਂ ਨੇ ਕੀਰਤਨ ਦੀ ਸੇਵਾ ਕੀਤੀ, ਗਿਆਨੀ ਗੁਰਬਿੰਦਰ ਸਿੰਘ ਜੀ ਨੇ ਕਥਾ ਦੀ ਸੇਵਾ ਨਿਭਾਈ, ਔਰ ਸਤਿਕਾਰਯੋਗ ਬਾਬਾ ਕਿੱਕਰ ਸਿੰਘ ਜੀ ਲੰਗਰ ਦੀਆਂ ਸੇਵਾਵਾਂ ਕਰਦੇ ਰਹੇ, ਔਰ ਅੱਜ ਦੇ ਸਮਾਗਮ ਵਿੱਚ ਸਾਡੇ ਬਹੁਤ ਸਤਿਕਾਰਯੋਗ ਜਥੇਦਾਰ ਬਾਬਾ ਅਜੀਤ ਸਿੰਘ ਜੀ ਮੁਖੀ ਤਰਨਾ ਦਲ ਮਹਿਤਾ ਚੌਂਕ, ਜੋ ਜਥੇਬੰਦੀ ਦੇ ਵੀ ਜ਼ਿੰਮੇਵਾਰ ਸਿੰਘ ਹਨ, ਚੇਚੇ ਤੌਰ 'ਤੇ ਬਾਬਾ ਜੀ ਪਹੁੰਚੇ ਹੈ, ਬਾਬਾ ਸਰਜੀਤ ਸਿੰਘ ਜੀ ਪਹੁੰਚੇ ਹੈ, ਸਾਰੇ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ, ਸਾਰੇ ਮਹਾਂਪੁਰਖਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਇਸ ਪ੍ਰਕਾਰ ਮੋਹਨ ਜਬੈ ਗਿਰਾ ਮਨ ਨੀਵ, ਸਭਨ ਸੁਨ ਹਿਰਦ ਬੂਝਿਓ, ਸ੍ਰੀ ਅਰਜਨ ਸੁਖ ਸੀਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।